ਪੂਰੀ ਦੁਨੀਆ ਵਿੱਚ ਜੱਸ ਪੰਜਾਬੀ ਦੇਖਣ ਵਾਲੀ ਸਮੂਹ ਸਾਧ ਸੰਗਤ ਤੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਜੀ ਜਗਤਾਰ ਸਿੰਘ ਜੱਗੀ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅੱਜ ਦਾ ਬਹੁਤ ਹੀ ਖਾਸ ਹੋਏਗਾ ਬਕਰੀ ਤਰ੍ਹਾਂ ਦਾ ਹੋਏਗਾ ਮੇਰੀ ਜ਼ਿੰਦਗੀ ਦਾ ਇਸ ਤਰ੍ਹਾਂ ਦਾ ਪਹਿਲਾ ਪ੍ਰੋਗਰਾਮ ਹੈ ਅਸੀਂ ਅੱਜ ਖੜੇ ਹਾਂ ਸੈਕਰਾਮੈਂਟੋ ਦੇ ਵਿੱਚ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਜਿਹੜਾ ਹੈਗਾ ਉਹਦੀ ਬਿਲਡਿੰਗ ਦੇ ਵਿੱਚ ਅਸੀਂ ਖੜੇ ਹਾਂ ਔਰ ਇੱਥੇ ਅੱਜ ਇੱਕ ਵੱਖਰੀ ਤਰ੍ਹਾਂ ਦੀ ਮਲਟੀਕਲਚਰਲ ਨਾਈਟ ਹੋਣ ਜਾ ਰਹੀ ਹੈ 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 ਜ ਦਿਨ ਪਰ ਜਿਹੜੀ ਇਹ ਨਾਈਟ ਹੋਣੀ ਥੋੜੀ دیر ਤੱਕ ਸ਼ੁਰੂ ਹੋਣੀ ਹੈ ਤੇ ਕਲਾਸ ਰੂਮਾਂ ਦੇ ਵਿੱਚ ਸ਼ੁਰੂ ਹੋਣੀ ਹੈ ਥੋੜਾ ਜਿਹਾ ਮੈਂ ਹਿੰਟ ਦੇ ਦਿੰਦਾ ਜਿਆਦਾ ਦੇਵਾਂਗਾ ਤਾਂ ਫਿਰ ਸਟੋਰੀ ਦਾ ਕਿਤੇ ਮਜ਼ਾ ਖਰਾਬ ਹੋ ਜਾਂਦਾ ਕਿ ਇੱਥੇ ਜਿੰਨੀਆਂ ਕਲਾਸਾਂ ਨੇ ਇੱਥੇ ਕਿਉਂਕਿ ਮਲਟੀ ਨੇਸ਼ਨ ਜਿਹੜੇ ਬੰਦੇ ਨੇ ਮਲਟੀ ਕੌਮ ਮਲਟੀ ਦੇਸ਼ਾਂ ਦੇ ਅਲੱਗ-ਅਲੱਗ ਕੈਟਾਗਰੀ ਅਲੱਗ-ਅਲੱਗ ਦੂਸਰੇ ਮੂਲ ਦੇ ਵੀ ਬੱਚੇ ਜਿਹੜੇ ਇੱਥੇ ਪੜ੍ਹਦੇ ਨੇ ਔਰ ਮਾਨ ਵਾਲੀ ਗੱਲ ਇਹ ਹੈ ਕਿ ਸਾਰੇ ਬੱਚੇ ਪੰਜਾਬੀ ਦਾ ਪੀੜ ਵੀ ਲਾਉਂਦੇ ਨੇ ਤੇ ਪੰਜਾਬੀ ਬੋਲਦੇ ਨੇ ਪੰਜਾਬੀ ਆਉਂਦੀ ਵੀ ਹੈ ਜਿਵੇਂ ਅਸੀਂ ਕਈ ਵਾਰ ਜ਼ਿਕਰ ਕੀਤਾ ਮੈਂ ਪੰਜਾਬ ਦੇ ਵਿੱਚ ਨਹੀਂ ਦੇਖੇ ਇੱਥੇ ਉਹ ਲੈ ਦੇ ਵਿੱਚ ਪਹਾੜੇ ਵੀ ਚੱਲਦੇ ਇੱਕ ਦੂਣੀ ਦੂਣੀ 2 ਦੂਣੀ 4 ਬੜਾ ਮਜ਼ਾ ਆਉਂਦਾ ਸੀ ਪਰ ਇਸ ਸਕੂਲ ਦੇ ਵਿੱਚ ਜਿੱਥੇ ਅਸੀਂ ਗੱਲ ਕਰੀਏ ਕਿ ਪੂਰੀ ਦੁਨੀਆ ਦੇ ਇਹ ਮੁਲਕਾਂ ਦੇ ਲੋਕ ਇੱਥੇ ਪੜ੍ਹਦੇ ਨੇ ਬੱਚੇ ਪੜ੍ਹਦੇ ਨੇ ਤੇ ਉਹਨਾਂ ਦੇ ਪੇਰੈਂਟਸ ਆਉਂਦੇ ਨੇ ਉੱਥੇ ਹੀ ਇਹਨਾਂ ਨੇ ਮਲਟੀਕਲਚਰ ਨਾਈਟ ਦਾ ਮਤਲਬ ਇਹ ਹੈ ਕਿ ਹਰ ਕਲਾਸ ਦੇ ਬੱਚੇ ਜਿਹੜੇ ਨੇ ਚਾਹੇ ਉਹਦੇ ਵਿੱਚ ਕਿਸੇ ਮੁਲਕ ਦੇ ਵੀ ਬੱਚੇ ਪੜ੍ਹਦੇ ਨੇ ਉਹ ਬੱਚੇ ਜਿਹੜੇ ਨੇ ਉਹ ਇੱਕ ਕਲਾਸ ਇੱਕ ਮੁਲਕ ਨੂੰ ਰਿਪਰੈਜ਼ੈਂਟ ਕਰੇਗੀ। ਜਾਨੀ ਕਿ ਬਕਾਇਦਾ ਬੜੀ ਬਖਰੀ ਤਰਲਾ ਯੂਨੀਕ ਜਾਂ ਪ੍ਰੋਗਰਾਮ ਹੈ ਬਹੁਤ ਹੀ ਸੋਹਣਾ ਪ੍ਰੋਗਰਾਮ ਹੈ ਕਿਉਂ ਕਿ ਕਿਵੇਂ ਰਿਪਰੈਜ਼ੈਂਟ ਕਰੇਗੀ ਕਿਵੇਂ ਫਿਰ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦੇ ਨੇ ਇਹ ਹਰ ਕਲਾਸ ਦੇ ਵਿੱਚ ਵੱਖਰੇ ਵੱਖਰੇ ਮੁਲਕ ਦਾ ਜਿਹੜਾ ਉਹ ਨਜ਼ਾਰਾ ਸਾਨੂੰ ਦੇਖਣ ਨੂੰ ਮਿਲੂਗਾ ਤੇ ਇੱਥੇ ਜਿਹੜੇ ਪ੍ਰਧਾਨ ਨੇ ਇਸ ਸਕੂਲ ਦੇ ਨਰਿੰਦਰ ਸਿੰਘ ਥਾਂਦੀ ਉਨਾਂ ਨੂੰ ਮੈਂ ਆਵੜਾ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੇ ਸਾਡੀ ਜਾਣਕਾਰੀ ਦਿੱਤੀ ਸੀਗੀ ਪਰ ਅੱਜ ਉਹਨਾਂ ਕੋਲ ਹੋਰ ਜਾਣਕਾਰੀ ਲਵਾਂਗੇ ਤੇ ਬਾਕੀ ਅੱਜ ਪ੍ਰੋਗਰਾਮ ਦੇਖਣ ਦਾ ਨਜ਼ਾਰਾ ਤੁਹਾਨੂੰ ਵੀ ਆਏਗਾ ਬਿਲਕੁਲ ਵੱਖਰੀ ਤਰ੍ਹਾਂ ਦਾ ਅੱਜ ਪ੍ਰੋਗਰਾਮ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਆਓ ਦੇਖਦੇ ਹਾਂ ਇਹ ਕੀ ਹੋ ਰਿਹਾ ਅੰਦਰਲੇ ਪਾਸੇ ਕ੍ਰਮੈਂਟੂ ਵੈਲੀ ਚਾਰਟਰ ਸਕੂਲ ਦੇ ਵਿੱਚ ਅੱਜ ਬੜਾ ਆਨੰਦ ਆ ਰਿਹਾ ਦੇਖ ਕੇ ਤੁਹਾਨੂੰ ਪ੍ਰੋਗਰਾਮ ਵੀ ਆਨੰਦ ਆਏਗਾ ਇੱਥੋਂ ਸ਼ੁਰੂਆਤ ਹੋਏਗੀ ਅੱਜ ਦੇ ਇਸ ਪ੍ਰੋਗਰਾਮ ਦੀ ਇਸ ਹਾਲ ਦੇ ਵਿੱਚੋਂ ਤੇ ਉਸ ਤੋਂ ਬਾਅਦ ਕਲਾਸਾਂ ਦੇ ਵਿੱਚ ਜਾਣਗੇ ਸਾਡੇ ਨਾਲ ਨੇ ਇਸ ਸਕੂਲ ਦੇ ਪ੍ਰੈਜ਼ੀਡੈਂਟ ਸਰਦਾਰ ਨਿਰਿੰਦਰ ਸਿੰਘ ਥਾਂਦੀ ਸਾਹਿਬ ਥਾਂਦੀ ਸਾਹਿਬ ਬੜਾ ਆਨੰਦ ਆ ਰਿਹਾ ਇੱਥੇ ਆ ਕੇ ਵੈਸੇ ਜਦੋਂ ਵੀ ਇੱਥੇ ਆਈਏ ਇੱਕ ਵੱਖਰੀ ਤਰ੍ਹਾਂ ਦਾ ਸਰੂਰ ਚੜ ਜਾਂਦਾ ਇਸ ਸਕੂਲ ਦੇ ਵਿੱਚ ਕਿਉਂਕਿ ਇੱਥੇ ਮਲਟੀਕਲਚਰ ਜਿਹੜਾ ਸਿਸਟਮ ਹੈਗਾ ਬਹੁਤ ਵਧੀਆ ਹੈਗਾ ਅੱਛਾ ਪਹਿਲਾਂ ਦੱਸੋ ਜੀ ਅੱਜ ਜਿਹੜੀ ਇਹ ਮਲਟੀਕਲਚਰ ਨਾਈਟ ਬੱਚੇ ਮਨਾ ਰਹੇ ਨੇ ਸਤਿ ਸ੍ਰੀ ਅਕਾਲ ਜੱਗੀ ਭਾਜੀ ਤੇ ਸਾਰੇ ਤੁਹਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਇਹ ਜੀ ਅੱਜ ਜਿੰਨੇ ਵੀ ਡਿਫਰੈਂਟ ਡਿਫਰੰਟ ਕਲਚਰ ਆ ਤੇ ਉਹਨਾਂ ਨੂੰ ਸਿਰਫ ਤੇ ਸਿਰਫ ਅਸੀਂ ਪੰਜਾਬੀ ਪ੍ਰਮੋਟ ਕਰ ਰਹੇ ਆ ਤੇ ਉਹ ਜਿੱਦਾਂ ਕੱਲ ਵੀ ਤੁਸੀਂ ਕੁਐਸਚਨ ਪੁੱਛਿਆ ਸੀਗਾ ਤੇ ਚਾਹੇ ਵੀ ਕਿਸੇ ਵੀ ਦੇਸ਼ ਦਾ ਕਿਸੇ ਵੀ ਕੰਟਰੀ ਦਾ ਕਿਸੇ ਵੀ ਵਰਗ ਦਾ ਜਿਹੜਾ ਬੰਦਾ ਬੱਚਾ ਆ ਤਾਂ ਉਹਨੂੰ ਅਸੀਂ ਜਿਹੜੀ ਪੰਜਾਬੀ ਜ਼ਰੂਰ ਸਕਾਲ ਨੇ ਇੱਕੋ ਇੱਕ ਨਾਰਥ ਅਮਰੀਕਾ ਦੇ ਵਿੱਚ ਇਹੋ ਚਾਰਟਰ ਸਕੂਲ ਆ ਸੈਕਮਨ ਵੈਲੀ ਚਾਰਟਰ ਸਕੂਲ ਜਿੱਥੇ ਬਾਕੀ ਸਬਜੈਕਟਾਂ ਦੇ ਨਾਲ ਪੰਜਾਬੀ ਪੜ੍ਹਾਇ ਜਾਂਦੀ ਆ ਔਰ ਜਿਹੜੀ ਅੱਜ ਦੀ ਇਹ ਹੈਗੀ ਆ ਨਾਈਟ ਮੈਂ ਜਿਵੇਂ ਦੇਖ ਰਿਹਾ ਸੀ ਹਰ ਕਲਾਸ ਅਲੱਗ-ਅਲੱਗ ਤਰ੍ਹਾਂ ਨਾਲ ਸਜੀ ਹੋਈ ਆ ਹਰ ਕਲਾਸ ਦਾ ਇੱਕ ਆਪਣਾ ਆਪਣੇ ਆਪ ਦੇ ਵਿੱਚ ਇੱਕ ਮੁਲਕ ਬਣਿਆ ਹੋਇਆ ਇੱਕ ਕੰਟਰੀ ਬਣਿਆ ਹੋਇਆ ਇਹ ਕਿਹਦਾ ਆਈਡੀਆ ਜੀ ਇੰਨਾ ਬੜਾ ਵਧੀਆ ਜੁਨੂਇਕ ਜਿਹਾ ਆਈਡੀਆ ਲੱਗਿਆ ਬਿਲਕੁਲ ਵੱਖਰਾ ਪੂਰੀ ਦੁਨੀਆ ਦੇ ਵਿੱਚ ਵੱਖਰਾ ਆਈਡੀਆ ਲੱਗਿਆ ਇਹ ਕਿਵੇਂ ਆਈਡੀਆ ਇਹ ਬਣਿਆ ਸਾਹਮਣੇ ਆਇਆ ਤੇ ਕਿਵੇਂ ਬੱਚਿਆਂ ਨੇ ਫਿਰ ਇਹਨੂੰ ਇੰਪਲੀ ਇਹ ਜੀ ਤਕਰੀਬਨ ਸਾਡੀ ਆਪਣੀ ਇਹੋ ਜਿਹੜੀ ਸੋਚ ਕਾਰਡ ਸੀਗੀ ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਹੋਵੇ ਪੰਜਾਬੀ ਬੋਲੀ ਦੇ ਆਧਾਰ ਤੇ ਜਿਹੜਾ ਇਹ ਸਕੂਲ ਬਣਿਆ ਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਕਲਚਰ ਨੂੰ ਉਹਨਾਂ ਕੰਟਰੀਆਂ ਨੂੰ ਉਹਨਾਂ ਬੱਚਿਆਂ ਨੂੰ ਤੇ ਜਿਹੜੇ ਇੱਥੇ ਆ ਕੇ ਸਕੂਲ ਦੇ ਵਿੱਚ ਪੰਜਾਬੀ ਜਿਹੜਾ ਲੈਂਗੁਏਜ ਉਹ ਅਡਾਪਟ ਕਰਦੇ ਆ ਇਸੇ ਕਰਕੇ ਅਸੀਂ ਉਹਨਾਂ ਦੇ ਐਪਰੀਸ਼ੀਏਟ ਉਹਨਾਂ ਦੇ ਕੀਤੀ ਤਾਂ ਉਹਨਾਂ ਦੇ ਕਲਚਰ ਨੂੰ ਤੇ ਇਸ ਕਰਕੇ ਇਕੱਲੀ-ਇਕੱਲੀ ਜਿਹੜੀ ਕਲਾਸ ਨੂੰ ਉਹਨੂੰ ਦੇਸ਼ ਦੇ ਕੰਟਰੀ ਦੇ ਵਿੱਚ ਜਿਹੜਾ ਉਹਦਾ ਨਾਮ ਦਿੱਤਾ ਗਿਆ ਬਾਜੀ ਬਾਤ ਹੈ ਅਸੀਂ ਜ਼ਰੂਰ ਗੱਲ ਬਾਰ-ਬਾਰ ਕਰਨੀ ਚਾਹਾਂਗੇ ਬੇਸ਼ੱਕ ਪਹਿਲਾਂ ਵੀ ਕੀਤੀ ਆ ਜਦੋਂ ਅਸੀਂ ਪਹਿਲਾਂ ਆਏ ਸੀ ਮੇਰੇ ਖਿਆਲ 3-4 ਸਾਲ ਪਹਿਲਾਂ ਤੋਂ ਉਦੋਂ 160 ਬੱਚੇ ਸੀਗੇ ਤੇ ਹੁਣ ਮੇਰੇ ਖਿਆਲ 400 ਤੋਂ ਉੱਪਰ ਬੱਚੇ ਹੋ ਚੁੱਕੇ ਬੇਟਿੰਗ ਵੀ ਚੱਲ ਰਹੀ ਹੈ ਫਿਲਹਾਲ ਕੀ ਕੀ ਪੋਜੀਸ਼ਨ ਹੈ ਹਾਂਜੀ ਹੁਣ ਇਸ ਵੇਲੇ ਇਸ ਜਿਹੜਾ ਸਕੂਲ ਈਅਰ ਆ ਸਾਡੇ ਕੋਲ 385 ਬੱਚੇ ਆਈ ਹੈ ਤੇ ਜਿਹੜੇ 30 ਬੱਚੇ ਕਨਫਰਮ ਆਲਰੇਡੀ ਹੋ ਗਿਆ ਅਸੀਂ ਜਿਹੜੇ ਪ੍ਰੀ ਕਿਨਾਂਗਰਟਨ ਉਹ ਵੀ ਸਟਾਰਟ ਕਰ ਰਹੇ ਹਾਂ ਅਗਲੇ ਸਾਲ ਤੋਂ ਤੇ ਇਸ ਵੇਲੇ 45 ਤੇ 50 ਬੱਚੇ ਜਿਹੜੇ ਹੈਗੇ ਆ ਉਹ ਵੇਟਿੰਗ ਲਿਸਟ 'ਚ ਹੈ ਜੀ ਤੇ ਮਾਦਰੀ ਹੁਣ ਸਾਡੇ ਕੋਲ ਰੂਮ ਹੈ ਨਹੀਂ ਇਸ ਵੇਲੇ ਕੁਝ ਵੀ ਤੁਸੀਂ ਆਪ ਦੇਖਦੇ ਨਾ ਤੇ ਹਾਂ ਜੀ ਜੇਕਰ ਤੁਸੀਂ ਪਹਿਲੀ ਵਾਰ ਆਇਆ ਸੀ ਕੋ ਅਸੀਂ ਸਾਡੇ ਕੋਲ 67 67 ਬੱਚਿਆਂ ਦੇ ਨਾਲ ਅਸੀਂ ਸਟਾਰਟ ਕੀਤਾ ਸੀਗਾ ਜੀ ਤੇ ਹੁਣ ਦੇਖੋ ਸਕੂਲ ਦੀ ਜਿਹੜੀ ਤਰੱਕੀ ਆ ਸਕੂਲ ਦੀ এডਿਕੇਸ਼ਨ ਆ ਉਹ ਆਪ ਮੂੰਹ ਚੜ੍ਹ ਕੇ ਬੋਲਦੀ ਹੈ ਜੀ ਇਹਦਾ ਜਿਹੜਾ ਇੱਕ ਸਵਾਲ ਹੈ ਉਹਦਾ ਤੁਸੀਂ ਪ੍ਰੈਜ਼ੀਡੈਂਟ ਹੋ ਸਕੂਲ ਦੇ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਵੱਜ ਜਾਂਦੀ ਆ ਹੁਣ ਕੀ ਇਹਦਾ ਹੱਲ ਹੈਗਾ ਜਿਵੇਂ ਬੱਚੇ ਵਧੇ ਜਾ ਰਹੇ ਨੇ ਜਗ੍ਹਾ ਘਟ ਪੈ ਰਹੀ ਆ ਫਿਰ ਮੈਨੇਜਮੈਂਟ ਕੀ ਕਰੂਗੀ ਜੀ ਸਕੂਲ ਦੀ ਉਹ ਜਗ੍ਹਾ ਹੋਰ ਲੈ ਕੇ ਵੱਡਾ ਬਣਾਊਗੀ ਜਾਂ ਕੀ ਕਰੂਗੀ ਹਾਂ ਜੀ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ ਹਾਂ ਸਾਡੀ ਐਫ ਡੀ ਹੋਈ ਆ ਤੇ ਅਸੀਂ ਹਾਈ ਸਕੂਲ ਬਣਾ ਰਹੇ ਹਾਂ ਤੇ ਬਾਕੀ ਪਬਲਿਕ ਦਾ ਸਹਿਯੋਗ ਤੇ ਬਾਕੀ ਟੀਚਰ ਸਾਹਿਬਾਨ ਜਿੰਨੇ ਵੀ ਪ੍ਰਿੰਸੀਪਲ ਸਾਹਿਬ ਜਿਹਨਾਂ ਦੇ ਇਹਨਾਂ ਦੇ ਹਾਰਡ ਵਰਕ ਦੇ ਨਾਲ ਤੇ ਜਿਹੜਾ ਇਸ ਵੇਲੇ ਜਿਹੜਾ ਸਕੂਲ ਆ ਉਹ ਉਹ ਬੁਲੰਦੀਆਂ ਤੇ ਆ ਤੇ ਸਾਡੇ ਕੋਲ ਜਿਹੜੇ ਚਾਂਸਸ ਹੈਗੇ ਆ ਕਿਉਂਕਿ ਜੇ ਅਸੀਂ ਪਹਿਲਾਂ ਜੇ ਮਤਲਬ ਜੇ ਸਕੂਲ ਨਾ ਕੋਈ ਵਧੀਆ ਕੰਮ ਕਰਦਾ ਰਿਜ਼ਲਟ ਨਹੀਂ ਆਦੇ ਤਾਂ ਜਿਹੜੀ ਰੇਟ ਪਾਣੇ ਤੁਸੀਂ ਅਗਲੇ ਕਹਿ ਸਕਦੇ ਹੋ ਵੀ ਤੁਸੀਂ ਮਿਡਲ ਸਕੂਲ ਤਾਂ ਚਲਾ ਨਹੀਂ ਸਕਦੇ ਹਾਈ ਸਕੂਲ ਕੀ ਚਲਾਓਗੇ ਤੇ ਹੁਣ ਇਸ ਵੇਲੇ ਚਾਂਸਸ ਹੈ ਜੀ ਭਈ ਸਾਡਾ ਹਾਈ ਸਕੂਲ ਜਿਹੜਾ ਉਹ ਬਣੂਗਾ ਚਲੋ ਜੀ ਸਾਡੀਆਂ ਦਵਾਵਾਂ ਵੀ ਹੈ ਸਾਡੀ ਅਰਦਾਸ ਵੀ ਹੈ ਤੇ ਸਾਡੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਵੀ ਜਸ ਪੰਜਾਬੀ ਵੱਲੋਂ ਜਿੱਥੇ ਕਹੋਗੇ ਅਸੀਂ ਖੜੇ ਆ ਕਿ ਜਲਦੀ ਇਹ ਤੁਹਾਡੀ ਤਮੰਨਾ ਪੂਰੀ ਹੋਵੇ ਤੇ ਸਾਡੀ ਅਸੀਂ ਤਾਂ ਵੈਸੇ ਸਾਡੀ ਕਮਿਊਨਿਟੀ ਦੀ ਗੱਲ ਕਰ ਸਕਦੇ ਪਰ ਹਰ ਕਮਿਊਨਿਟੀ ਦੇ ਹਰ ਮੁਲਕ ਦੇ ਹਲ ਮੂਲ ਦੇ ਬੱਚੇ ਨੂੰ ਉਹਦਾ ਫਾਇਦਾ ਹੋਏਗਾ ਹਾਈ ਸਕੂਲ ਅਗਰ ਬਣ ਹਾਂਜੀ ਬਿਲਕੁਲ ਜੀ ਇਸੇ ਕਰਕੇ ਹੋ ਆ ਜਿਹੜੀ ਸਿਰਫ ਤੇ ਸਿਰਫ ਅਸੀਂ ਜਿਹੜੀ ਪੰਜਾਬੀ ਲੈਂਗੁਏਜ ਜਿਹੜੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਰੂਟਸ ਨਾਲ ਕਲਚਰ ਦੇ ਨਾਲ ਜੋੜਨ ਦੀ ਜਿਹੜੀ ਸਾਡੀ ਗੱਲ ਉਹ ਅਸੀਂ ਕਰ ਰਹੇ ਆ ਤੇ ਕੱਲ ਵੀ ਦੱਸਿਆ ਕੋਈ ਵੀ ਅਸੀਂ ਧਰਮ ਦਾ ਕਿਸੇ ਪ੍ਰਵਰਤਨ ਦੇ ਵਿੱਚ ਕੋਈ ਨਹੀਂ ਹੈ ਇਹਦੇ ਵਿੱਚ ਜਿਹੜਾ ਤੁਹਾਡਾ ਧਰਮ ਆ ਤੁਸੀਂ ਉਹ ਆਪਣਾ ਧਰਮ ਰੱਖੋ ਅਸੀਂ ਸਿਰਫ ਜਿਹੜੇ ਤੁਹਾਡੇ ਬੱਚੇ ਆ ਉਹਨਾਂ ਨੂੰ ਬਾਇਲੈਂਗੁਏਜ ਬਣਾ ਰਹੇ ਹਾਂ ਪੰਜਾਬੀ ਮਾਂ ਬੋਲੀ ਨੂੰ ਜਿਹੜੇ ਪ੍ਰਮੋਟ ਕਰਕੇ ਤੇ ਉਹ ਜਿਹੜੇ ਚੰਗੇ ਅਮਰੀਕਨ ਸਿਟੀਜ਼ਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ Interesting, amazing facts which we may never know. So, how teachers have created this event? So, just to spend your time, go with your scholar to each country. You have a passport, okay, and you have a notepad so you can take notes if you are in like afghanistan all right because we have pakistan we have france we have you know new zealand we have australia we have almost all different countries you know so there is an American writer, he says Stephen Covey is his name. So he says strength lies in differences, not in similarities. So this uh, what we are scholars understand these things. How to respect the difference. So and the same writer, he says, seek first to understand. Before you want to be understood, that's the problem of this world today. We want ourselves to be understood by others, but we hardly make any effort to understand them. So, every country, every culture, they have so many values. And when we know about those values, how they are relevant to us all because we all are one human race and so we learn one thing that is how to respect the difference so that's our effort and today you are going to be visiting this is a very short function so what uh, go with your scholars have your passport stamped in classroom and let them have what they Gonna get from each country, they can make a note of that. And in the class, so all those scholars, because they see everyone sees everything differently. So maybe you have a unique perspective, that unique perspective needs to be shared with others. So you have a notepad and you can make a note while visiting a certain country how. You know, and what was amazing, outstanding, what was different, and and how you can appreciate that. So those all uh, differences, you know, uh, give us strength. And I also thank today just TV, who have come especially to cover our event, so that uh, the world might see how Sacramento Valley Charter School, you know. Uh, teaches our cares to respect the difference which is lacking in the modern world. So that's what our effort is, and in this effort, we all are together. So, with this, thank you very much, and have a wonderful multicultural night. ਇੱਥੇ ਆ ਗਿਆ ਜੀ ਤੇ ਇਹ ਕਲਾਸ ਜਿਹੜੀ ਹੈ ਇਹ ਗੱਲ ਇੱਥੇ ਕਰਾਂਗੇ ਪਰ ਇਹ ਜਿਹੜਾ ਤੁਸੀਂ ਦੇਖਿਆ ਸਾਡੇ ਦਰਸ਼ਕਾਂ ਨੇ ਨਿਊਜ਼ੀਲੈਂਡ ਦੇ ਮੁਲਕ ਦਾ ਇੱਥੇ ਸਾਰਾ ਜਿਹੜਾ ਕੀ ਕੀ ਚੀਜ਼ ਉੱਥੇ ਹੁੰਦੀ ਸਾਰੀ ਕੱਲੀ ਕੱਲੀ ਚੀਜ਼ ਇੱਥੇ ਹੈਗੀ ਹੈ ਤਾਂ ਸਾਬ ਕਿਹੜੀ ਕਲਾਸ ਆਪਾਂ ਇੱਥੇ ਕਿ ਕਿੰਨਾ ਗੱਲ ਕਰਨੀ ਹੈ ਇਹ ਜੱਗੀ ਭਾਜੀ ਜਿੱਦ ਤੁਸੀਂ ਦੇਖੇ ਹੋ ਕੱਲੀ ਕੱਲੀ ਕੰਟਰੀ ਦੀ ਜਿਹੜੀ ਕੱਲੀ ਕੱਲੀ ਕਲਾਸ ਹੈ ਤੇ ਸਰਬਜੀਤ ਨੇਜਰ ਅਮਰਜੀਤ ਸਿੰਘ ਨੇਜਰ ਇਹੋ ਸਾਡੇ ਕੋਲ 10 11 ਸਾਲ ਹੋਗਾ ਹੈ ਤੇ ਅਸੀਂ ਇੱਕ ਫੈਮਿਲੀ ਵਾਂਗ ਕੰਮ ਕਰਦੇ ਆ ਪਰ ਇਹ ਸਮਝੌਤਾ ਨਹੀਂ ਹੈ ਕੰਡੀਸ਼ਨਲ ਇਹਨਾਂ ਕੋ ਪੂਰੇ ਆ ਵਾਜੀ ਤੇ ਪੂਰੇ ਐਜੂਕੇਟਿਡ ਆ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੰਜਾਬੀ ਮਾਂ ਬੋਲੀ ਦੀ ਜਦੋਂ ਗੱਲ ਆਉਂਦੀ ਉਹਦੇ ਨਾਲ ਫਿਰ ਕੋਈ ਸਮਝੌਤਾ ਨਹੀਂ ਹੁੰਦਾ ਇਹੋ ਬਹੁਤ ਵਧੀਆ ਜਿਹੜੀ ਜਿਹੜੀ ਚੀਜ਼ ਆ ਐਜੂਕੇਸ਼ਨ ਡਿਲੀਵਰ ਕਰਦੇ ਬੱਚਿਆਂ ਨੂੰ ਤੇ ਇਨਾ ਦਾ ਤੁਹਾਨੂੰ ਆਪਣੇ ਆਪ ਹੀ ਦੱਸ ਸਕਦੇ ਹੋ ਕਿ ਪੋਜੀਸ਼ਨ ਜੀ ਸਰਜੀ ਜੀ ਤੇ ਅਮਰਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਅੱਛਾ ਮੈਂ ਕਮਾਲ ਮੰਨ ਗਿਆ ਇਹ ਕੱਲੀ ਕੱਲੀ ਚੀਜ਼ ਨਿਊਜ਼ੀਲੈਂਡ ਬਾਰੇ ਕੱਲੀ ਕੱਲੀ ਜਾਣਕਾਰੀ ਔਰ ਇੰਨੀ ਬਰੀਕੀ ਦੇ ਵਿੱਚ ਲਿਖਣਾ ਕਰਨਾ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਤਿਆਰੀ ਕਰਦਿਆਂ ਨੂੰ ਅਸੀਂ ਦੇਖੀ ਬੱਚਿਆਂ ਦੇ ਨਾਲ ਬੱਚਿਆਂ ਨੇ ਹਰੇਕ ਆਪਣੇ ਆਪ ਹੀ ਕੀਤਾ ਸਾਰਾ ਕੁਝ ਕਲਾਸ ਦੇ ਵਿੱਚ ਸਾਨੂੰ 2-3 ਹਫ਼ਤੇ ਲੱਗ ਜਾਂਦੇ ਆ ਤੇ ਬੱਚਿਆਂ ਨੇ ਉਹ ਰਿਸਰਚ ਕਰਨਾ ਕੰਪਿਊਟਰ ਤੇ ਫਿਰ ਉਹਦੇ ਵਿੱਚੋਂ ਲਿਖਣੇ ਫੈਕਟਸ ਲਿਖਣੇ ਤੇ ਉਹ ਸਾਰਾ ਕੁਝ ਲਿਖਦੇ ਆ ਪੋਸਟਰ ਬਣਾਉਂਦੇ ਆ ਤੇ ਬਹੁਤ ਕ੍ਰੀਏਟਿਵ ਬੱਚੇ ਆ ਸਾਰੇ ਤੇ ਬਹੁਤ ਵਧੀਆ ਜੀ ਤੁਹਾਡੇ ਇੱਥੇ ਜਿਹੜੇ ਬੱਚੇ ਹੈਗੇ ਨੇ ਉਹ ਤਾਂ ਹੈਗੇ ਨੇ ਅਗਰੈਸਿਵ ਵੀ ਨਹੀਂ ਨੇ ਚਾ ਵੀ ਉਹਨਾਂ ਨੂੰ ਬੜਾ ਚਾਹੇ ਉਹ ਕਿਸੇ ਵੀ ਮੂਲ ਦੇ ਨੇ ਕਿਸੇ ਵੀ ਕੋਈ ਕੰਟਰੀ ਦੇ ਨੇ ਕਿਸੇ ਵੀ ਧਰਮ ਦੇ ਨੇ ਤੇ ਚਾ ਵੀ ਬੜਾ ਜਦੋਂ ਅਸੀਂ ਟੀਵੀ ਤੇ ਦੇਖਦੇ ਨੇ ਜੀ ਸਾਡੇ ਜਾਂ ਹੋਰ ਬੱਚੇ ਦੇਖਦੇ ਨੇ ਪੂਰੀ ਦੁਨੀਆ ਚ ਇਹ ਉਦੋਂ ਫਿਰ ਥਾਂਦੀ ਸਾਹਿਬ ਨੂੰ ਸਾਨੂੰ ਵੀ ਫੋਨ ਆਉਣੇ ਸ਼ੁਰੂ ਹੋ ਜਾਂਦੇ ਜੀ ਕਿ ਕਿੱਥੇ ਆ ਸਾਨੂੰ ਵੀ ਦੱਸੋ ਕਿ ਤੁਸੀਂ ਇਹਦੇ ਵਾਸਤੇ ਵਧਾਈ ਦੇ ਹੱਕਦਾਰ ਹੋ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸੱਚੀ ਗੱਲ ਆ ਕਿ ਅ ਅ ਇੰਨੀ ਮਿਹਨਤ ਦੇ ਨਾਲ ਬੱਚਿਆਂ ਨਾਲ ਆਪਣੀ ਮਾਂ ਬੋਲੀ ਦੇ ਨਾਲ ਦੂਸਰੀ ਕੰਟਰੀ ਵਿੱਚ ਆ ਕੇ ਜੁੜਨਾ ਬਹੁਤ ਵੱਡੀ ਗੱਲ ਆ ਔਰ ਤੁਸੀਂ ਬਲੀਵ ਨਹੀਂ ਕਰਨਾ ਕਿ ਸਾਡੇ ਕਿੰਡਰਗਾਰਟਨ ਦੇ ਬੱਚੇ ਪੰਜਾਬੀ ਪੜ੍ਹਨੀ ਸਿੱਖ ਜਾਂਦੇ ਆ ਔਰ ਬਹੁਤ ਸੋਹਣਾ ਬੋਲਦੇ ਯਾਰ इवन ਕਿ ਦੂਸਰੀ ਕਮਿਊਨਿਟੀ ਦੇ ਬੱਚੇ ਆਉਂਦੇ ਆ ਉਹ ਵੀ ਮੈਂ ਦੇਖ ਸੋਹਣਾ ਕਰਦੇ ਆ ਬਹੁਤ ਸੋਹਣਾ ਪੰਜਾਬੀ ਬੋਲਦੇ ਜੀ ਮੈਂ ਤਾਂ ਬਾਰ ਬਾਰ ਜ਼ਿਕਰ ਕਰਦਾ ਉਹਨਾਂ ਪਹਾੜੇ ਪੜ੍ਹਦੇ ਜਿੰਨੇ ਇੱਥੇ ਵਧੀਆ ਪੜ੍ਹਦੇ ਨੇ ਬੱਚੇ ਕਿਤੇ ਪੰਜਾਬ ਚ ਨਹੀਂ ਹੈਗੇ ਜੀ ਅਮਰਜੀਤ ਭਾਜੀ ਇੱਕ ਬਹੁਤ ਵੱਡੀ ਮਿਹਨਤ ਬੱਚਿਆਂ ਦੀ ਜਿੱਥੇ ਹੈਗੀ ਆ ਉਥੇ ਤੁਹਾਡੀ ਵੀ ਬਹੁਤ ਵੱਡੀ ਮਿਹਨਤ ਆ ਬੱਚਿਆਂ ਧਿਆਨ ਰੱਖਣਾ ਕਰਨਾ ਸਾਰਾ ਕੁਝ ਕੀ ਕੀ ਕੀਤਾ ਬੱਚਿਆਂ ਨੇ ਤੇ ਇਹ ਫਿਰ ਕਿਵੇਂ ਮੈਨੇਜ ਕਰਦੇ ਹੋ ਸੌਖਿਆ ਹੀ ਹੋ ਜਾਂਦਾ ਕਿ ਕਈ ਬੱਚੇ ਥੋੜੇ ਜੇ ਹੁੰਦੇ ਕਈ ਬੱਚੇ ਸੁਭਾਅ ਥੋੜੇ ਜਿੱਦੀ ਹੁੰਦੇ ਆ ਨਹੀਂ ਆ ਕਿ ਲੱਗਦੇ ਜੇ ਨਹੀਂ ਕੋਈ ਪ੍ਰੋਬਲਮ ਹੋਣੀ। ਅ ਜਗੀ ਸਾਹਿਬ ਦੇਖੋ ਬੱਚਿਆਂ ਦੇ ਸੁਭਾਅ ਵੱਖਰੇ ਵੱਖਰੇ ਹੁੰਦੇ ਆ ਕਿ ਟੀਚਰ ਆ ਵੀ ਉਹਨੇ ਬੱਚੇ ਦੀ ਸਾਈਕੋਲੋਜੀ ਸਮਝਣੀ ਆ ਤੇ ਉਸ ਹਿਸਾਬ ਨਾਲ ਬੱਚੇ ਨੂੰ ਫਿਰ ਤੁਸੀਂ ਜਦੋਂ ਪੜਾਉਨੇ ਆ। ਸੋ ਬੱਚੇ ਸਾਡੇ ਕੋਲ ਬਹੁਤ ਸੋਹਣਾ ਸਾਰੇ ਕਰਦੇ ਹੋ। ਹੁਣ ਜਿਵੇਂ ਤੁਸੀਂ ਦੇਖੋ ਵੀ ਮੇਰੇ ਕੋਲ 5ਵੀਂ ਕਲਾਸ ਦਾ ਵਿੱਚ ਬੱਚਾ ਆ ਇਹ ਮੇਰੇ ਕੋਲ ਪਹਿਲੇ ਸਾਲ ਇਤਕੀ ਆਇਆ। ਅਜੇ 4-5 ਮਹੀਨੇ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿ ਪੰਜਾਬੀ ਪੜ੍ਹੂਗਾ ਸੋ ਤੁਹਾਨੂੰ ਆਪਣਾ ਹਾਲਚਾਲ ਵੀ ਦੱਸੂਗਾ ਸੋ ਬੱਚੇ ਬਹੁਤ ਮਿਹਨਤ ਕਰਦੇ ਆ ਬੱਚੇ ਜਿਹੜੇ ਆ ਵੀ ਨਾਲੇ ਇਹ ਪੁੰਨ ਨਾਲੇ ਫਲੀਆਂ ਜੀ ਪੰਜਾਬੀ ਪੜਾਉਣ ਨਾਲ ਬਹੁਤ ਆਨੰਦ ਆਉਂਦਾ ਜੀ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦਾ ਇਹ ਤੋਂ ਵਧੀਆ ਬਰਾਲਾ ਮੇਰੇ ਖਿਆਲ ਨਹੀਂ ਹੋ ਸਕਦਾ ਔਰ ਅਸੀਂ ਜਿਹੜੇ ਜਿਹੜੇ ਵੀ ਰੂਮ ਜਾਂਦੇ ਸਾਨੂੰ ਇੰਨ ਲੱਗਦਾ ਕਿ ਇਹ ਬੈਸਟ ਆ ਇਹ ਬੈਸਟ ਆ ਇਹ ਬੈਸਟ ਆ ਨੰਬਰ ਦੇਣੇ ਹੋਣ ਕਿਸੇ ਨੂੰ ਤਾਂ ਬਹੁਤ ਔਖੇ ਦੇਣੇ ਸਾਰੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਬਿਲਕੁਲ ਜੀ ਬੱਚੇ ਜਿਹੜੇ ਆ ਵੀ ਨਾਲੇ ਦੇਖੋ ਲਿਖਣਾ ਵੀ ਸਿੱਖਦੇ ਆਪਣੇ ਹੱਥ ਨਾਲ ਸਾਰਾ ਇਹਨਾਂ ਨੇ ਲਿਖਿਆ ਆ ਪੜਨਾ ਤੇ ਬੋਲਣਾ ਜਿਹੜਾ ਹੈਗਾ ਇਹ ਚਲੋ ਆਪਣੀ ਸਾਰਿਆਂ ਦੀ ਇਕੱਠੀ ਸਾਰਿਆਂ ਦੀ ਮਤਲਬ ਇਹ ਮਤ ਹੁੰਦੀ ਆ ਸੋ ਘਰੇ ਵੀ ਜੇ ਪੰਜਾਬੀ ਬੋਲਣ ਤੇ ਬਹੁਤ ਸੋਹਣਾ ਬੱਚੇ ਵੀ ਕਰਦੇ ਆ ਤੇ ਅਸੀਂ ਬਹੁਤ ਬਹੁਤ ਜ਼ਿਆਦਾ ਹੈਗੇ ਆ ਖੁਸ਼ ਅੱਜਕੱਲ ਜਿਸ ਚੀਜ਼ ਦੀ ਕਮੀ ਹੈ ਉਹ ਇਹ ਹੈ ਕਿ ਅਸੀਂ ਪੰਜਾਬੀ ਬੋਲ ਤੇ ਲੈਨੇ ਆ ਲਿਖਣੀ ਬੱਚਿਆਂ ਨੂੰ ਛੱਡੋ ਵੱਡਿਆਂ ਨੂੰ ਵੀ ਨਹੀਂ ਆਉਂਦੀ ਇਹ ਤੁਸੀਂ ਨਾਲ ਲਿਖਣ ਦੀ ਵੀ ਕਰਖਦੇ ਹੋ ਬਹੁਤ ਵਧੀਆ ਤੇ ਕੀ ਹੈ ਜੀ ਆਪਣਾ ਮੈਂ ਮੈਂ ਤੁਹਾਨੂੰ ਦੱਸੂਗੀ ਕਿ ਮੇਰੇ ਚੌਥੀ ਜਮਾਤ ਦੇ ਬੱਚਿਆਂ ਨੇ ਇਕਾਂਗੀਆਂ ਲਿਖੀਆਂ ਬਾਹ ਕਮਾਲ ਦੀਆਂ ਕਾਂਗੀਆਂ ਲਿਖੀਆਂ ਆ ਔਰ ਮੈਂ ਉਹਨੂੰ ਇਕੱਠਾ ਕੰਪਾਈਲ ਕਰਕੇ ਇੱਕ ਬੁੱਕ ਵੀ ਬਣਾਈ ਆ ਆਪਣੇ ਲੈਵਲ ਤੇ ਹੀ ਮਤਲਬ ਕਿ ਪ੍ਰਿੰਟ ਕਰ ਕਰਕੇ ਬੱਚੇ ਪੜ੍ਹਦੇ ਆ ਤੇ ਬਹੁਤ ਵਧੀਆ ਐਫਰਟ ਆ ਉਹਨਾਂ ਦੇ ਹਾਂਜੀ ਮੈਂ ਕਿੰਨਾ ਸੀ ਭਾਵੇਂ 1 ਘੰਟਾ ਇੱਥੇ ਗੱਲਾਂ ਕਰੀ ਜਾਈਏ ਤੇ ਤਾਂ ਵੀ ਟਾਈਮ ਥੋੜਾ ਪੈ ਜਾਣਾ ਸਾਰਿਆਂ ਨੂੰ ਹਾਂਜੀ ਇਹ ਤੁਸੀਂ ਗੱਲ ਕਰ ਰਹੇ ਬੱਚੀ ਹਾਂਜੀ ਮੇਰਾ ਨਾ ਮਿਸਟਰ ਮੈਨੇਜਰ ਹੈ ਤੇਰਾ ਕੀ ਨਾਮ ਹੈ ਮੇਰਾ ਨਾਮ ਬਿਲ ਹੈ ਮੈਂ ਠੀਕ ਹਾਂ ਤੇਰਾ ਕੀ ਹਾਲ ਹੈ ਮੈਂ ਠੀਕ ਹਾਂ ਬਿਲ ਕੈਨ ਯੂ ਰੀਡ ਦਿਸ ਵਨ ਫॉर ਮੀ ਇਨ ਪੰਜਾਬੀ ਚਾਹ ਦਿਖਾ ਦਈਏ ਜੀ ਇਹ ਪੰਜਾਬੀ ਦੇ ਵਿੱਚ ਲਿਖਿਆ ਤੇ ਦੇਖਦੇ ਬੱਚਾ ਪੜਦਾ ਬਿਲ ਮਿਸਟਰ ਮੈਨੂ ਪੰਜਾਬੀ ਪਾ ਪਾਰਨ बहुत वाद वादे आ लग लगाड़ है जास टी ती, वी टीम डा मे मेरे सु, सुकुल आ ऑन ली बहुत पन ਤੰਨ ਧੰਨਵਾਦ ਸ਼ੁਕਰੀਆ ਸ਼ੁਕਰੀਆ ਦੇ ਲੋ ਹਾਂਜੀ ਅਵਨੀਤ ਤੁਸੀਂ ਮੈਨੂੰ ਉਡਾੜਾ ਪੜ ਕੇ ਸੁਣਾਉਂਗੇ

ਪਪਾ ਫਫਾ ਬੱਬਾ ਪਪਾ ਮੰਮਾ ਯਾ ਯਾ ਰਾਰਾ ਲੱਲਾ ਵਾ ਵਾ ਰਾਰਾ ਵੈਰੀ ਗੁੱਡ ਵੈਰੀ ਗੁੱਡ ਅੱਛਾ ਇੱਕ ਸਾਡੇ ਦਰਸ਼ਕਾਂ ਨੂੰ ਦਿਖਾ ਦਈਏ ਜੀ ਇੱਕ ਯਾਦ ਕਰਾ ਦਈਏ ਮੈਨੂੰ ਵੀ ਇੱਥੇ ਦੇਖ ਕੇ ਯਾਦ ਆਏ ਇੱਕ ਪੁਲਾਵੇਂ ਅੱਖਰ ਹੁੰਦੇ ਸੀ ਜਦੋਂ ਪੜ੍ਹਦੇ ਹੁੰਦੇ ਸੀਗੇ ਇੱਥੇ ਬਕਾਇਦਾ ਉਹ ਪੁਲਾਵੇਂ ਅੱਖਰ ਵੀ ਸਾਰੇ ਲਿਖੇ ਨੇ ਇਹ ਬਹੁਤ ਹੀ ਵਧੀਆ ਪ੍ਰਾਲਾ ਜੀ ਬਹੁਤ ਬਹੁਤ ਵਧਾਈ ਸਾਰੇ ਸਕੂਲ ਨੂੰ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਇੰਡੋਨੇਸ਼ੀਆ ਵੈਸੇ ਬਹੁਤ ਸਾਰੇ ਮੁਲਕ ਆ ਜੇ ਹੋਰ ਵੀ ਹੈਗੇ ਨੇ ਇਸ ਸਕੂਲ ਦੇ ਵਿੱਚ ਕਲਾਸਾਂ ਦੇ ਵਿੱਚ ਤੇ ਵੱਧ ਤੋਂ ਵੱਧ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਓ ਜੀ ਇੰਡੋਨੇਸ਼ੀਆ ਪਹੁੰਚ ਗਏ ਆ ਤੇ ਇੱਥੇ ਬਹੁਤ ਸਾਰੇ ਆਏ ਆ ਜੀ ਵੀਜ਼ਾ ਲਵਾਉਣ ਬੱਚੇ ਸਾਡੇ ਨਾਲ ਪ੍ਰੀਤ ਜੀ ਮਾਂ ਤੇ ਦਲਜੀਤ ਘੁੰਮਣ ਜੀ ਨੇ ਪ੍ਰੀਜੀ ਇਹ ਇੰਡੋਨੇਸ਼ੀਆ ਦਾ ਬਹੁਤ ਵਧੀਆ ਮਾਹੌਲ ਹੈ ਹਰ ਤਰ੍ਹਾਂ ਦੀ ਜਾਣਕਾਰੀ ਹੈ ਫੂਡ ਉੱਥੇ ਕਿਹੋ ਜਿਹਾ ਪਹਿਰਾਵਾ ਕਿਹੋ ਜਿਹਾ ਗਵਰਨਮੈਂਟ ਕੀ ਹੈ ਕਰੰਸੀ ਕੀ ਹੈ ਤੇ ਇਹ ਕਿਹੜੀ ਕਲਾਸ ਦੇ ਬੱਚਿਆਂ ਨੇ ਤਿਆਰ ਕੀਤਾ ਸਰ ਇਹ ਦੂਜੀ ਕਲਾਸ ਦੇ ਬੱਚੇ ਨੇ ਜੀ ਸੈਕੰਡ ਗ੍ਰੇਡ ਤੇ ਬਹੁਤ ਲਾਇਕ ਬੱਚੇ ਬੜੇ ਹੁਨਾਰ ਬੱਚੇ ਨੇ ਤੇ ਸਾਨੂੰ ਬੜਾ ਵਧੀਆ ਲੱਗਦਾ ਇੱਥੇ ਆ ਕੇ ਇਹਨਾਂ ਨੂੰ ਪੜ੍ਹਾਉਣਾ ਤੇ ਬੱਚੇ ਆਮ ਤੌਰ ਤੇ ਜਿਦਾ ਅਸੀਂ ਕਹੀਏ ਕਿ ਸ਼ਰਾਰਤੀ ਬਹੁਤ ਹੁੰਦੇ ਨੇ ਤੇ ਇੱਥੇ ਵੀ ਸ਼ਰਾਰਤਾਂ ਦੂਜੀ ਕਲਾਸ ਦਾ ਬੱਚਾ ਦਖਾਰ ਛੋਟੇ ਹੁੰਦਾ ਹੋਣਾ ਤੇ ਸ਼ਰਾਰਤਾਂ ਕਰਦੇ ਬੱਚੇ ਹਾਂਜੀ ਹਾਂਜੀ ਕਾਫੀ ਸ਼ਰਾਰਤਾਂ ਕਰਦੇ ਨੇ ਬਟ ਅਸੀਂ ਬਿਜ਼ੀ ਰੱਖਦੇ ਆ ਉਹਨਾਂ ਨੂੰ ਐਕਟੀਵਿਟੀਜ਼ 'ਚ ਤੇ ਫਿਰ ਬੱਚੇ ਡਿਸਪਲਿਨ 'ਚ ਆ ਜਾਂਦੇ ਨੇ ਖੁਸ਼ ਰਹਿੰਦੇ ਨੇ ਜੀ ਮਿਹਨਤ ਬਹੁਤ ਸਾਰੀ ਹੈਗੀ ਆ ਜਿਹੜਾ ਤੁਸੀਂ ਕਰਿਆ ਬਹੁਤ ਜ਼ਿਆਦਾ ਮਿਹਨਤ ਇੱਥੇ ਹੈਗੀ ਆ ਫਿਰ ਤੁਹਾਡਾ ਕਿੰਨਾ ਕੁ ਸਹਿਯੋਗ ਰਹਿੰਦਾ ਜੀ ਬੱਚਿਆਂ ਨੂੰ ਇਨਨੋਂ ਨਾਲ-ਨਾਲ ਕਰਾਉਣਾ ਪੈਂਦਾ ਜੀ ਹਾਂਜੀ ਸਟੈਪ ਬਾਈ ਸਟੈਪ ਕਿਉਂਕਿ ਸੈਕੰਡ ਗ੍ਰੇਡ ਹਾਲੇ ਛੋਟੇ ਨੇ ਸੋ ਕਾਫੀ ਮਿਹਨਤ ਲੱਗਦੀ ਹੈ ਬਟ ਸਾਨੂੰ ਬਹੁਤ ਵਧੀਆ ਲੱਗਦਾ ਜਦ ਇਦਾਂ ਦਾ ਕੰਮ ਇੱਕ ਪ੍ਰੋਡਿਊਸ ਕਰਦੇ ਨੇ ਤੇ ਬਟ ਇਹਨਾਂ ਦੀ ਆਪ ਦੀ ਬਹੁਤ ਮਿਹਨਤ ਲੱਗੀ ਹੈ ਇਹ ਵਿੱਚ ਹਾਂਜੀ ਜੀ ਦਲਜੀਤ ਕੁਮਰ ਜੀ ਤੁਸੀਂ ਟਰਨੀ ਵੀ ਹੋ ਤੇ ਮੈਂਬਰ ਵੀ ਹੋ ਬੋਰਡ ਦੇ ਹਾਂਜੀ ਤੇ ਅੱਜ ਇਹ ਇਹ ਇਵੈਂਟ ਜਿਹੜੀ ਅੱਜ ਇੱਥੇ ਹੋਈ ਹੈ ਮੈਸਰ ਚਲੋ 12 ਸਾਲ ਪੂਰੇ ਹੋਏ ਨੇ ਵਧਾਈਆਂ ਵੀ ਸਕੂਲ ਨੂੰ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਤੇ ਇਹ ਇਹ ਇਵੈਂਟ ਜਿਹੜੀ ਅੱਜ ਮੇਰੇ ਖਿਆਲ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਪਹਿਲੀ ਇਵੈਂਟ ਹੋਏਗੀ ਜਿਹੜੀ ਅੱਜ ਮਲਟੀਕਲਚਰ ਜਿਹੜੀ ਨਾਈਟ ਹੈਗੀ ਆ ਤੇ ਕੀ ਕਹਿਣਾ ਚਾਹੁੰਦੇ ਆ ਇਹਦੇ ਨਾਲ ਬੱਚਿਆਂ ਦੇ ਵਿੱਚ ਕਿਹੜੀ ਭਾਵਨਾ ਜ਼ਿਆਦਾ ਪੈਦਾ ਹੋਊਗੀ ਆਈ ਥਿੰਕ ਇਹ ਤੋਂ ਸਭ ਤੋਂ ਵਧੀਆ ਦੱਤ ਜੇ ਅਮ ਬੱਚੇ ਰੋਲ ਟ੍ਰੈਵਲ ਕਰਨ ਦਾ ਮੰਗਦੇ ਆ ਸਕੂਲ ਦੇ ਵਿੱਚ ਰੋਲ ਟ੍ਰੈਵਲ ਕਰ ਸਕਦੇ ਆ ਹਰੇਕ ਕੰਟਰੀ ਆ ਪਾਕਿਸਤਾਨ ਇੰਡੀਆ Indonesia Brazil everything Haga the so jinna channa ya duniya ethe and uh, pictures facts sada kuch ਇਹ ਬਿਲਕੁਲ ਸਾਰਾ ਕੁਝ ਹੈਗਦ ਨਾਦ ਨਾਲ ਅਗਰ ਗੱਲ ਕਰੀਏ ਜਦੋਂ ਬੱਚੇ ਵੱਡੇ ਹੋ ਕੇ ਹੋਰ ਕੰਟਰੀਜ਼ ਦੇ ਵਿੱਚ ਜਾਣਗੇ ਜਿਨ੍ਹਾਂ ਦੇ ਇੱਥੇ ਕਲਾਸਰੂਮ ਦੇ ਵਿੱਚ ਲੱਗੇ ਹੋਏ ਸੈਟ ਮੈਨੂੰ ਇਹ ਲੱਗਦਾ ਕਿ ਉਹ ਪਹਿਲਾਂ ਹੀ ਉਹਨਾਂ ਨੂੰ ਇੰਨੀ ਜ਼ਿਆਦਾ ਨੋਲਿਜ ਹੋਏਗੀ ਉਸ ਕੰਟਰੀ ਬਾਰੇ ਉੱਥੇ ਜਾ ਕੇ ਪੁੱਛਣ ਦੀ ਲੋੜ ਨਹੀਂ ਪੈਣੀ ਗਾਈਡ ਦੀ ਲੋੜ ਨਹੀਂ ਪੈਣੀ ਬਿਲਕੁਲ ਜੀ ਉਹਨਾਂ ਨੂੰ ਇੱਕ ਗੁੱਡ ਸਟਾਰਟ ਮਿਲਦੀ ਹੈ ਫਿਰ ਉਹ ਗਾਂ ਲਾ ਜਾ ਕੇ ਨੋਲਿਜ ਨੂੰ ਹੋਰ ਵੀ ਐਕਸਪੈਂਡ ਕਰ ਸਕਦੇ ਨੇ ਜੀ ਤੇ ਜਿਹੜੀ ਜਿੱਦਾਂ ਹੁਣ ਛੋਟੇ ਬੱਚੇ ਨੇ ਜੀ ਜਿਹੜੀ ਇਨਫੋਰਮੇਸ਼ਨ ਹੈ ਸਾਰੀ ਉੱਥੇ ਫੂਡ ਕਿਹੋ ਜਿਹਾ ਉੱਥੇ ਇੰਡੋਨੇਸ਼ੀਆ ਫਿਰ ਇੰਨੀ ਛੋਟੇ ਬੱਚੇ ਹੀ ਕਰ ਲੈਂਦੇ ਜੀ ਕਲੈਕਟ ਜਾਣਕਾਰੀ ਕਿ ਫਿਰ ਤੁਹਾਨੂੰ ਕਰਕੇ ਤੁਸੀਂ ਬਚੰਦਨੇ ਹੋ ਅਸੀਂ ਕ੍ਰੋਮ ਬੁక్స్ ਹੈਗੀਆਂ ਜੀ ਜਿੱਦਾਂ ਸਾਡੇ ਕੋਲ ਇਹਦੇ ਵਿੱਚ ਸੋ ਵੀ ਬ੍ਰਿੰਗ them out ਤੇ ਕੰਪਿਊਟਰ ਤੇ ਨਾਲ ਬੈਠ ਬੈਠ ਕੇ ਅਸੀਂ ਇਨਫੋਰਮੇਸ਼ਨ ਰਿਸਰਚ ਕਰਦੇ ਹਾਂ ਇਹਨਾਂ ਨੂੰ ਸ਼ੋ ਕਰਦੇ ਹਾਂ ਵੀ ਹਾਊ ਕੈਨ ਰਿਸਰਚ ਵੀ ਡਨ ਤੇ um ਸਟੈਪ ਲਾਈਕ ਆਈ ਸੈਡ ਪਹਿਲਾਂ ਅਸੀਂ ਰਫ ਵਰਕ ਕਰਦੇ ਆ ਫਿਰ ਫੇਅਰ ਕਰਦੇ ਆ ਇਸ ਟਾਈਪ ਦਾ ਵਰਕ ਦੇ ਨੂੰ ਪਹੁੰਚਣ ਲਈ ਸਾਨੂੰ ਟਾਈਮ ਲੱਗਦਾ ਥੋੜਾ ਛੋਟੇ ਨੇ ਹਾਂਜੀ ਜਿੱਥੇ ਬੱਚਿਆਂ ਨੂੰ ਸਲੂਟ ਹੈ ਜੀ ਉੱਥੇ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਸਲੂਟ ਹੈ ਬਹੁਤ ਮਿਹਨਤ ਆ ਤੁਹਾਡੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਸੇੰਕ ਯੂ What uh, is your name, sir? My name is Mr. Steele. And uh, uh, what is the event today? This one? Um, I teach the fourth grade class, and tonight we have a multicultural night for our school. Mm -hmm. Sort of like a back to school night where we have passports and we can travel the world in our school. Mm -hmm. And uh, say a few words about this, this school, Sacramento Valley Charter School. Yeah, so sacramento valley charter school is located at a sikh temple in west sacramento. we offer punjabi courses for kindergarten through eighth grade along with uh, traditional math and english curriculum. Uh, all the students are very well attended and are high performing and it's a great class, a uh, great school to be a part of. <laughs> thank you. ਲਓ ਜੀ ਵੈਲਕਮ ਟੂ ਇਜਿਪਟ ਹੁਣ ਅਸੀਂ ਪਹੁੰਚ ਗਏ ਆ ਇਜਿਪਟ ਇੱਕੋ ਸਕੂਲ ਦੇ ਵਿੱਚ ਹੀ ਸਾਰੇ ਮੁਲਕ ਸਾਨੂੰ ਦੇਖਣ ਨੂੰ ਮਿਲਦੇ ਆ ਤੇ ਕਮਾਲ ਦੀ ਗੱਲ ਇਹ ਹੈ ਕਿ ਹਰ ਮੁਲਕ ਬਾਰੇ ਪੂਰੀ ਜਾਣਕਾਰੀ ਕਿੱਥੇ ਕਿਹੋ ਜਿਹਾ ਉੱਥੇ ਦਾ ਪਹਿਰਾਵਾ ਕਿਹੜੀ ਉੱਥੇ ਕਰੰਸੀ ਚੱਲਦੀ ਆ ਕਿਹੋ ਜਿਹਾ ਉੱਥੇ ਕੰਮਕਾਰ ਆ ਕਿਹੋ ਜਿਹਾ ਮਾਹੌਲ ਹੈ ਕੀ ਲੋਕਾਂ ਦੇ ਕੰਮ ਕਰਨੇ ਇਹ ਬਹੁਤ ਕਮਾਲ ਦੀ ਗੱਲ ਬੱਚਿਆਂ ਦੀ ਸ਼ਾਬਾਸ਼ ਦੇਣੀ ਬਣਦੀ ਆ ਜੀ ਕਿਉਂਕਿ ਪੂਰੀ ਦੁਨੀਆ ਦੀ ਜਾਣਕਾਰੀ ਇਕੱਠੀ ਕਰਕੇ ਜਿਹੜੀ ਇਹ ਸਕੂਲ ਦੇ ਵਿੱਚ ਬੱਚਿਆਂ ਨੇ ਪੂਰੀ ਦੁਨੀਆ ਤੱਕ ਅਸੀਂ ਪਹੁੰਚਾਰੇ ਆਂ ਔਰ ਬੱਚਿਆਂ ਨੇ ਇਕੱਠੀ ਕਰਕੇ ਇੱਥੇ ਸਾਡੇ ਅਲੱਗ-ਅਲੱਗ ਕਲਾਸਾਂ ਦੇ ਵਿੱਚ ਰੱਖੀ ਹੋਈ ਆ। ਲਓ ਜੀ ਆਜੋ ਹੁਣ ਬਿਨਾਂ ਟਿਕਟ ਤੇ ਬਿਨਾਂ ਹਵਾਈ ਜਹਾਜ਼ ਦੇ ਲੈ ਚਲੀਆ ਆਸਟ੍ਰੇਲੀਆ ਸੁਖਨਾਲ ਆਸਟ੍ਰੇਲੀਆ ਵੀ ਅੱਜਕੱਲ ਸਾਡੀ ਪੰਜਾਬੀ ਬਹੁਤ ਹੈਗੇ ਨੇ ਔਰ ਇਸ ਆਸਟ੍ਰੇਲੀਆ ਦੇ ਵਿੱਚ ਵੀ ਪੂਰੀ ਜਾਣਕਾਰੀ ਜਿਹੜੀ ਆਸਟ੍ਰੇਲੀਆ ਦੀ ਹੈਗੀ ਆ ਆਓ ਦਿਖਾਉਨੇ ਆਂ। ਹਾਂਜੀ ਅਸੀਂ ਹੁਣ ਖੜੇ ਆ ਜੀ ਪੰਜਵੀਂ ਕਲਾਸ ਦੇ ਆਸਟ੍ਰੇਲੀਆ ਵਿੱਚ ਆਸਟ੍ਰੇਲੀਆ ਦੇਖਿਆ ਬਹੁਤ ਵਧੀਆ ਲੱਗਿਆ ਅਰਸ਼ਪ੍ਰੀਤ ਸਾਡੇ ਨਾਲ ਹੈ ਪੰਜਵੀਂ ਕਲਾਸ ਦੀ ਵਿਦਿਆਰਥਣ ਹੈ ਅਰਸ਼ਪ੍ਰੀਤ ਇਹ ਸਾਰਾ ਕੁਝ ਕਿਹੜੇ ਕਿਹੜੇ ਬੱਚਿਆਂ ਨੇ ਤਿਆਰ ਕੀਤਾ ਆਸਟ੍ਰੇਲੀਆ ਜਿਹੜਾ ਹਰ ਤਰ੍ਹਾਂ ਦੀ ਜਾਣਕਾਰੀ ਹੈ ਇਹ ਕਿਹੜੀ ਕਿਹੜੀ ਕਲਾਸ ਦੇ ਬੱਚਿਆਂ ਨੇ ਕੀਤਾ ਇਹ ਪੰਜਵੀਂ ਜਮਾਤ ਦੇ ਬੱਚਿਆਂ ਨੇ ਕੀਤਾ ਇਹ ਤੀਜੀ ਜਮਾਤ ਦੇ ਬੱਚਿਆਂ ਨੇ ਕੀਤਾ ਪਹਿਲੀ ਜਮਾਤ ਦੇ ਬੱਚਿਆਂ ਨੇ ਕੀਤਾ ਅ ਦੂਸਰੀ ਜਮਾਤ ਦੇ ਬੱਚਿਆਂ ਨੇ ਕੀਤਾ ਤੇ ਮੈਂ ਬਹੁਤ ਵਧੀਆ ਬਹੁਤ ਵਧੀਆ ਹੈ ਜੋ ਵੀ ਉਹਨਾਂ ਨੇ ਕੀਤਾ ਉਹਨਾਂ ਨੇ ਆਪਣਾ ਪੂਰਾ ਮੰਨ ਲਾ ਕੇ ਸਾਰਾ ਕੁਝ ਉਹਨੇ ਲਿਖਿਆ ਪੜਿਆ ਤੇ ਉਹਤੇ ਜਾਣਕਾਰੀ ਲਈ ਹੈ ਹਾਂ ਤੇ ਤੁਸੀਂ ਇਹਦੇ ਚ ਤੁਸੀਂ ਵੀ ਯੋਗਦਾਨ ਪਾਇਆ ਕੋਈ ਹਾਂਜੀ ਮੈਂ ਇੱਕ ਰਾਈ ਕੀਤਾ ਹੈ ਆਸਟ੍ਰੇਲੀਆ ਦੇ ਸਭਿਆਚਾਰ ਬਾਰੇ ਤੇ ਉੱਥੇ ਇੱਕ ਜਿਹੜਾ ਉਹਦਾ ਸਭ ਤੋਂ ਪਹਿਲਾ ਗੁਰਦੁਆਰਾ ਆਸਟ੍ਰੇਲੀਆ ਦਾ ਨਾਮ ਹੂਲ ਗੂਲ ਦਾ ਅਤੇ ਉੱਥੇ ਖਾਲਸਾ ਭੰਤ ਉੱਥੇ ਪੂਰੀ ਚੰਗੀ ਬਣੀ ਹੋਈ ਹੈ ਉੱਥੇ ਢਾਬੇ ਨੇ ਅਤੇ ਉੱਥੇ ਇੱਕ ਭੰਗੜਾ ਕਮੇਟੀ ਹੈਗੀ ਉਹਦਾ ਨਾਮ ਹੈ ਡਾਊਨ ਟੂ ਭੰਗੜਾ ਤ ਸਾਰਾ ਬਹੁਤ ਵਧੀਆ ਮਾਹੌਲ ਬਣਿਆ ਆ ਪੰਜਾਬੀਆਂ ਦਾ ਜੀ ਤੁਸੀਂ ਇਹ ਜਿਹੜਾ ਹੈਗਾ ਤੁਹਾਡੇ ਕੋਲੇ ਇਹਦੇ ਇਹ ਟਿਕਟੈਟ ਦੇ ਚ ਕੀ ਆ ਪਾਸਪੋਰਟ ਆ ਇੱਕ ਕਿਸਮ ਦਾ ਨੂੰ ਤੁਹਾਡਾ ਇਹ ਇਹ ਪਾਸਪੋਰਟ ਆ ਇਹਦੇ ਚ ਫਿਰ ਅਲਗ-ਅਲਗ ਮੁਲਕਾਂ ਦੇ ਵੀਜ਼ੇ ਲੱਗੇ ਹੋਏ ਹੈ ਅੱਛਾ ਤੇ ਬਾਕੀ ਸਭ ਕੁਝ ਵੀ ਪੰਜਾਬੀ ਕਲਾਸ ਸਾਰੇ ਬੱਚਾ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਪ੍ਰਾਊਡ ਫੀਲ ਕਰਦੀ ਕਿ ਮੈਂ ਸਕੂਲ ਚ ਆਈ ਇੰਨੀ ਦੂਰੋਂ ਇੰਡੀਆ ਤੋਂ ਆਈ ਆ ਅਮਰੀਕਾ ਤੱਕ ਆਪਾਂ ਇੰਜ ਪਹੁੰਚ ਗਏ ਆ ਮੈਨੂੰ ਇੱਥੇ ਪੰਜਾਬੀ ਕਲਾਸ ਇੰਜ ਜਾ ਕੇ ਲੱਗਦਾ ਜਿਵੇਂ ਮੈਂ ਇੰਡੀਆ ਦੀ ਬੈਠੀ ਹੋਈ ਬਾਜੀ ਪੰਜਾਬੀ ਕਲਾਸ ਬਹੁਤ ਵਧੀਆ ਲੱਗਦੀ ਆ। 올 द बेस्ट। ਤੁਸੀਂ 올 द ਮੈਸਟਰ ਦੀ ਕਲਾ। ਮੇਰੇ ਨਾਲ ਨੇ ਜੈਸਕਾ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਇੱਕ 5ਵੀਂ ਕਲਾਸ ਵਿੱਚ ਤੇ ਇੱਕ 8ਵੀਂ ਦੇ ਵਿੱਚ। ਜੈਸਕਾ ਹਾਊ ਯੂ? I'm doing well. Uh, how do you feel here in Sacramento Valley Charter School? Your kids are studying here in fifth and eighth, right? Yes, yes, they are, and we love it. We love this school. We find that it's a huge blessing uh, from where we've been. Um, Sacramento Valley has uh, came at a very uh, profound uh, moment in our children's lives. So, how do you heard about this school? Somebody, some uh, friends, told you about this, or you uh, see anywhere else? I, uh, I actually searched online for top schools in West Sacramento hmm. and it turned out that uh, this school popped up for us and I, um, I submitted an application and I crossed my fingers and they contacted me right away. You also try to speak Punjabi sometime? I know uh, a <laughs> little bit <laughs> yeah, okay. but my, my children do uh, practice at home constantly. Thank you very much Jessica. ਲੋਜੀ ਨੂੰ ਮੰਦਾ ਜਿਨ੍ਹਾਂ ਨੂੰ ਸ਼ੌਕ ਆ ਤਾਂ ਉਹਨਾਂ ਨੂੰ ਲੈ ਚੱਲਦੇ ਹੁਣ ਨਾਰਵੇ ਤੇ ਨਾਰਵੇ ਦੀ ਜਿਹੜੀ ਇਹ ਕਲਾਸ ਨਾਰਵੇ ਦਾ ਸੈੱਟ ਲੱਗਿਆ ਹੋਇਆ ਪੂਰਾ ਹਰ ਚੀਜ਼ ਦੀ ਜਾਣਕਾਰੀ ਨਾਰਵੇ ਦੀ ਇੱਥੋਂ ਤੁਹਾਨੂੰ ਮਿਲੇਗੀ ਪੰਜਾਬੀ ਤਾਂ ਮੇਨ ਹੈ ਹੈ ਤੇ ਪੰਜਾਬੀ ਦੇ ਨਾਲ ਦੂਜੇ ਸਬਜੈਕਟ ਵੀ ਪੜ੍ਹਾਏ ਜਾਂਦੇ ਆ ਤੇ ਜਿਹੜਾ ਆ ਤੁਸੀਂ ਕਲਾਸ ਦੇਖ ਰਹੇ ਆ ਨਾਰਵੇ ਦੀ ਤੇ ਬੇਸਿਕਲੀ ਇਹੋ ਸਾਇੰਸ ਦੀ ਕਲਾਸ ਆ ਜੀ ਤੇ ਸਰਦਾਰ ਕਾਲੂ ਇਹ ਸਾਡੇ ਨਾਲ ਤਕਰੀਬਨ 5.5-6 ਸਾਲ ਹੋ ਗਏ ਇਹਨਾਂ ਨੂੰ ਤੇ ਇੰਡੀਆ ਪੰਜਾਬ ਤੋਂ ਵੀ ਇਹੋ ਪ੍ਰਿੰਸੀਪਲ ਸਗੇ ਕਾਫੀ ਹਾਲੀ ਐਜੂਕੇਟਡ ਬੰਦੇ ਆ ਤੇ ਕੌਣ ਸਾਹਿਬ ਤੁਸੀਂ ਦੱਸੋ ਇਹਨਾਂ ਨੂੰ ਕਾਲੂ ਸਾਹਿਬ ਅਸੀਂ ਜਿਵੇਂ ਕਹਿੰਦੇ ਹੁੰਦੇ ਆਪਣਾ ਇੱਕ ਕਲਚਰ ਹੈਗਾ ਇੱਕ ਕਲਚਰ ਦੇ ਵਿੱਚ ਹੀ ਪੰਜਾਬੀ ਦੇ ਕਲਚਰ ਬਹੁਤ سارے ਕਲਚਰ ਨੇ ਇੱਥੇ ਤਾਂ ਮਲਟੀਕਲਚਰ ਆ ਹਲ ਮੁਲਕ ਦੇ ਹਰ ਧਰਮ ਦੇ ਹਰ ਮਹਮੂਲ ਦੇ ਬੱਚੇ ਹੈਗੇ ਨੇ ਤੇ ਕਦੇ ਕੋਈ ਸਮੱਸਿਆ ਆਉਂਦੀ ਉਹਨਾਂ ਨੂੰ ਹੈਂਡਲ ਕਰਨ ਦੇ ਵਿੱਚ ਕੋਈ ਸਮੱਸਿਆ ਨਹੀਂ ਇਹ ਮਲਟੀ ਕਲਚਰਲ ਕੰਟਰੀ ਬਣਿਆ ਹੋਇਆ ਹੈ ਔਰ ਇੱਥੇ ਸਭ ਕਲਚਰਸ ਦੇ ਆਰ ਲਿਵਿੰਗ ਟੁਗੇਦਰ देयर इज नो ਪ੍ਰੋਬਲਮ ਇਨ ਬੀਟਵੀਨ ਦੇ ਆਰ ਨੋ ਲਰਨਿੰਗ ਦੇ ਆਰ ਬਿਕਮਿੰਗ ਕੋਹੈਸਿਵ ਵਿਦ ਈਚ ਅਦਰ ਸੋ ਇਸ ਕਰਕੇ ਕੋਈ ਇੱਥੇ ਪ੍ਰੋਬਲਮ ਨਹੀਂ ਹੈਗੀ ਸਾਰੇ ਜਿਹੜੇ ਇੱਕ ਦੂਜੇ ਨੂੰ ਪ੍ਰੇਮ ਕਰਦੇ ਨੇ ਸਾਰੇ ਮਤਲਬ ਕੋਈ ਵੀ ਬੱਚੇ ਹੈਗੇ ਨੇ ਚਾਹੇ ਕਿਸੇ ਵੀ ਕੰਟਰੀ ਦੇ ਹੈਗੇ ਨੇ ਉਹ ਬਾਕਾਇਦਾ ਜੇ ਸਾਇੰਸ ਦੀ ਗੱਲ ਕਰੀਏ ਤਾਂ ਸਾਰਿਆਂ ਦਾ ਇੰਟਰਸਟ ਬਰਾਬਰ ਹੁੰਦਾ ਦੁਨੀਆ ਦਾ ਕੋਈ ਅਸੀਂ ਐਸਾ ਕੰਟਰੀ ਨਹੀਂ ਜਿੱਥੋਂ ਦੇ ਇੱਥੇ ਬੱਚੇ ਨਹੀਂ ਹੈਗੇ ਪਰ ਐਮਟੀ ਫੈਮਿਲੀਜ਼ ਨਹੀਂ ਹੈਗੀਆਂ ਸਾਰੇ ਹੈਗੀਆਂ ਨੇ ਨੇ ਇਹ 220 ਕਿਉਂਕਿ ਜਿਹੜੀ ਨੈਸ਼ਨਲ ਲੈਂਗੁਏਜ ਹੈਗੀ ਆ ਉਹ ਇੰਗਲਿਸ਼ ਹੈ ਕੁਝ ਸਟੇਟਸ ਐਸੀਆਂ ਵੀ ਨੇ ਜਿੱਥੇ ਫ੍ਰੈਂਚ ਸਪੈਨਿਸ਼ ਵਗੈਰਾ ਟਾਕ ਬੋਲਦੇ ਨੇ ਲੇਕਿਨ ਮੇਨ ਜਿਹੜੀ ਹੋ ਇੰਗਲਿਸ਼ ਹੈ ਔਰ ਸਾਰੇ ਇੱਥੇ ਹੁੰਦੇ ਨੇ ਲਰਨ ਕਰ ਜਾਂਦੇ ਨੇ ਤੇ ਇੱਥੇ ਕੋਈ ਸਮੱਸਿਆ ਨਹੀਂ ਹੈਗੀ ਇਹਨਾਂ ਨੂੰ ਬੋਲਣ ਦੀ ਹਾਂ ਆ ਤੁਸੀਂ ਕੀ ਪੁੱਛਣਾ ਚਾਹੁੰਦੇ ਸੀ ਕੀ ਨਾਮ ਤੁਹਾਡਾ ਪਹਿਲਾਂ ਦੱਸ ਦਿਓ ਮੇਰਾ ਨਾਮ ਮਨਮੀਤਾ ਮਨਮੀਤ ਮੈਨੂੰ ਕੀ ਪੁੱਛਣਾ ਚਾਹੁੰਦੇ ਸੀ ਤੁਸੀਂ ਪਹਿਲਾਂ ਪਾਸਪੋਰਟ ਹੈਗਾ ਦੇਖੋ ਮੇਕੋ ਜੀ ਬੱਚੇ ਕਹਿੰਦੇ ਵੀ ਨਾਰਵੇ ਵੀ ਤੁਸੀਂ ਐਂਟਰ ਕਰ ਗਏ ਹੋ ਪਾਸਪੋਰਟ ਹੈਗਾ ਮੇਰੇ ਕੋਲ ਪਾਸਪੋਰਟ ਨੋ ਐਂਟਰੀ ਨੋ ਐਂਟਰੀ ਪਾਸਪੋਰਟ ਕਿੱਥੋਂ ਮਿਲੂਗਾ ਪਾਸਪੋਰਟ ਲੈ ਕੇ ਉਹਨਾਂ ਨਾਰਵੇ ਦੀ ਫਿਰ ਵੀਜ਼ਾ ਵੀ ਲਵਾਉਣਾ ਪੈਣਾ ਨਾਰਵੇ ਦਾ ਹਾਂ ਵੀਜ਼ਾ ਤੁਸੀਂ ਲਵਾ ਦੋਗੇ ਨਹੀਂ ਤਾਂ ਆਪ ਲਾ ਲਓ ਪੈਸੇ ਲਾ ਕੇ ਲੋ ਪੈਸੇ ਲੈ ਕੇ ਲਗੂ ਵੀਜ਼ਾ ਹਾਂਜੀ ਥੈਂਕ ਯੂ ਵਾਹ ਬਈ ਵਾਹ ਸਾਨੀ ਸਾਹਿਬ ਅਸੀਂ ਮੈਂ ਪੇਰੈਂਟਸ ਨਾਲ ਵੀ ਜ਼ਰੂਰ ਗੱਲ ਕਰਨੀ ਚਾਹਾਂਗੇ ਤੇ ਇਹ ਜਿਹੜੇ ਪੇਰੈਂਟਸ ਜੀ ਕਿੱਥੋਂ ਦੇ ਕੌਣ ਹੈਗੇ ਆ ਅ ਇਹ ਸਪੈਨਿਸ਼ ਮੂਲ ਦੇ ਹੈਗੇ ਆ ਅ ਲਿਜ਼ਬੈਥ ਹੋਸੇ ਅ ਜਦੋਂ ਮੈਂ ਤੁਹਾਨੂੰ ਦੱਸਦਾ ਸੀ ਪਹਿਲਾਂ ਵੀ ਮਲਟੀਕਲਚਰ ਆ ਵੀ ਪੰਜਾਬੀ ਲੈਂਗੁਏਜ ਉਹਨੂੰ ਸਿੱਖਣ ਵਾਸਤੇ ਇਹ ਆ ਰਹੇ ਆ ਤੇ ਅ ਲਿਜ਼ਬੈਥ ਕਿਹੜੀ ਕਲਾਸ ਚ ਦਾ ਬੱਚਾ ਆਈ ਕੈਨ ਆਸਕ ਹ ਲਿਜ਼ਬੈਥ ਸੇ ਸਮਥਿੰਗ ਬਾਟ ਯੂਰ ਸਕੂਲ ਐਂਡ ਯੂ ਕਿਡਸ Okay. Uh, in which class studying okay um, she's in mrs singh's class her name is amore and she comes here to sacramento valley charter school and she loves learning punjabi and she's doing great and this is a great school how do you feel about school and as uh, your kid is uh, studying here and she, uh, how, how how she behave in uh, home oh she is very very she behaves really good at home due to her coming here they they do really good in discipline them. They, they, they do really good in Punjabi. All the, everything that she's doing at home, she's on point with it. Dr. Singh, I have talked to him about my daughter. Everything's good with her. She does real good. She's surrounded by very caring people. I love coming here. I love my daughter. She's been coming here for years already. My other daughter graduated from here. So we're gonna keep on doing it and everything's gonna end up being good. Thank you very much. Did you learn Punjabi from your daughter? No. Um <laughs> no. all no. I no. know yeah. Yeah. is Mera naam Lise. Oh, very <laughs> good. That's good. <laughs> thank you so much. Thank, thank you. you. Thank you, much. Thank you, much. Okay, nice yeah. to yeah. Yeah. meet yeah. you. Yeah. Thank yeah. Pleasure. Thank, thank you. you. Thank you. ਜਿਵੇਂ ਅਸੀਂ ਪਹਿਲਾਂ ਦੱਸਿਆ ਕਿ ਇਹ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਜਿਹੜਾ ਹੈਗਾ ਉਹ ਬਿਲਕੁਲ ਗੁਰਦੁਆਰਾ ਸਾਹਿਬ ਐਸ ਸੈਕਰਾਮੈਂਟੋ ਜਿਹੜਾ ਹੈਗਾ ਉਹਦੇ ਬਿਲਕੁਲ ਬੈਕ ਤੇ ਆ ਤੇ ਸਕੂਲ ਵੱਲੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਉੱਪਰ ਜਿੰਨੇ ਕਮਰੇ ਨੇ ਉਹ ਲਏ ਨੇ ਉਹਨਾਂ ਦੇ ਵਿੱਚ ਕਲਾਸਾਂ ਲੱਗਦੀਆਂ ਨੇ ਔਰ ਇਸ ਸਕੂਲ ਦੇ ਉੱਪਰ ਮੈਨੇਜਮੈਂਟ ਦੇ ਉੱਪਰ ਤੇ ਬੱਚਿਆਂ ਦੇ ਉੱਪਰ ਗੁਰੂ ਸਾਹਿਬ ਦੀ ਬਹੁਤ ਕਿਰਪਾ ਬਹੁਤ ਹੀ ਕਿਰਪਾ ਇਸ ਗੁਰੂ ਘਰ ਤੋਂ ਹੋਈ ਹੈ ਔਰ ਇਸ ਗੁਰੂ ਘਰ ਦੀ ਗੱਲ ਕਰੀਏ ਤਾਂ ਇਸ ਗੁਰੂ ਘਰ ਦੇ ਪ੍ਰਧਾਨ ਸਾਹਿਬ ਸਰਦਾਰ ਬਲਵੀਰ ਸਿੰਘ ਢਿਲੋ ਸਾਹਿਬ ਸਾਡੇ ਨਾਲ ਨੇ ਢਿਲੋ ਸਾਹਿਬ ਜੀ ਇੱਕ ਤਾਂ ਸਕੂਲ ਦੇ 12 ਸਾਲ ਪੂਰੇ ਹੋਣ ਤੇ ਜੀ ਬਹੁਤ-ਬਹੁਤ ਵਧਾਈ 13ਵੀਂ ਵਰੇਗੰਡ ਹੈ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਤੇ ਤੁਹਾਡਾ ਅਗਰ ਅਸੀਂ ਗੁਰੂ ਘਰ ਦੀ ਗੁਰੂ ਸਾਹਿਬ ਦੀ ਕਿਰਪਾ ਦੀ ਗੱਲ ਕਰੀਏ ਗੁਰੂ ਘਰ ਦੀ ਕਿਰਪਾ ਦੀ ਗੱਲ ਕਰੀਏ ਆਸ਼ੀਰਵਾਦ ਦੀ ਗੱਲ ਕਰੀਏ ਤਾਂ ਉਹ ਤਾਂ ਹੈ ਹੀ ਤੇ ਤੁਹਾਡਾ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਬੜਾ ਵੱਡਾ ਯੋਗਦਾਨ ਹੈ ਜਿਸ ਸਕੂਲ ਨੂੰ ਸਫਰ ਕਰਨ ਦੇ ਵਿੱਚ ਤੇ ਅੱਜ 12 ਸਾਲ ਬਾਅਦ ਕਿਵੇਂ ਮਹਿਸੂਸ ਕਰ ਰਹੇ ਹੋ ਸਤਿ ਸ੍ਰੀ ਅਕਾਲ ਜੀ ਗੱਲ ਇਹ ਮੈਂ ਬੜੇ ਮਾਣ ਤੇ ਠੀਕੇ ਦੁਨੀਆ ਤੇ ਬਹੁਤ ਕੁ ਕਰ ਦਵਾਰੇ ਨੇ ਥਾਂ ਤਾਂ ਇਹਨਾਂ ਚੰਗੇ ਵੀ ਹੈਗੇ ਆ ਬਹੁਤ ਵੱਡੇ ਵੀ ਹੋਣਗੇ ਪਰ ਜਿਹੋ ਜੀ ਇਹ ਸਕੂਲ ਘਰ ਦੀ ਕਮੇਟੀ ਆ ਮੈਨੂੰ ਇਸ ਗੁਰੂ ਘਰ ਦੇ ਵਿੱਚ ਸੇਵਾ ਕਰਦਿਆਂ ਤੇ 2004 ਦਾ ਤਰੀਬਨ 19 ਸਾਲ ਹੋ ਗਏ ਤੇ ਇਸ ਦੇ ਵਿੱਚ ਕਦੀ ਕੋਈ ਇਹੋ ਜਿਹਾ ਰਵਰ ਰੱਪਾ ਜਾਂ ਕੋਈ ਨਹੀਂ ਗੱਲ ਹੈ ਕਮੇਟੀ ਵਾਲੀ ਜਾ ਜੋ ਵੀ ਸਾਡਾ ਕੋਈ ਕੰਮ ਕਰਦੇ ਅਸੀਂ 2011 ਵਿੱਚ ਸ਼ੁਰੂ ਕੀਤਾ ਸਕੂਲ ਸਾਨੂੰ ਸਾਰਿਆਂ ਦੇ ਵੀਰਾਂ ਨੇ ਭੈਣਾਂ ਨੇ ਸਾਡੀ ਸੰਗਤ ਦੀ ਕਮਾਲ ਦੀ ਗੱਲ ਇਹ ਜਿਹੜੀ ਸਾਡੀ ਸੰਗਤ ਹੈ ਗੁਰੂ ਘਰ ਦੀ ਉਹ ਇੰਨੀ ਚੰਗੇ ਖਿਆਲਾਂ ਵਾਲੀ ਆ ਨੇਕ ਆ ਪੜੀ ਲਿਖੀ ਵੀ ਆ ਹਰ ਪਾਸੇ ਅਸੀਂ ਕੋਈ ਵੀ ਕੰਮ ਕਹੀਏ ਸਾਨੂੰ ਉਹ ਆਪਣੇ ਤਨੋਂ ਮਨੋਂ ਵੱਦ ਛੜ ਕੇ ਪੂਰੀ ਫੁਲ ਸਪੋਰਟ ਕਰਦੇ ਤੇ ਇਸ ਕਰਕੇ ਜਦੋਂ ਤੁਸੀਂ ਸਾਰੇ ਸੰਗਤ ਸਾਨੂੰ ਸਪੋਰਟ ਕਰਦੀ ਆ ਉਹਦੇ ਵਿੱਚ ਤੁਹਾਨੂੰ ਕਾਜ ਵੀ ਮਿਲਦੀ ਆ ਇਸੇ ਕਰਕੇ ਅਸੀਂ ਕਾਮਯਾਬ ਆ ਤੇ ਸਾਡੇ ਥਾਂ ਦੀ ਸਾਡੇ ਪ੍ਰੈਜ਼ੀਡੈਂਟ ਵੀ ਇੱਥੋਂ ਦੇ ਸਕੂਲ ਦੇ ਤੇ ਸਾਡਾ ਗੁਰੂ ਘਰ ਦੇ ਨਾਲ ਇਹਨਾਂ ਦਾ ਇੰਨੇ ਸਪੋਰਟ ਕੀਤੀ ਜਿਉਂ ਪਹਿਲਾਂ ਕੰਮ ਸ਼ੁਰੂ ਕਰਦੇ ਆ ਉਦੋਂ ਤਾਨੂੰ ਕਾਫੀ ਜ਼ਿਆਦੀ ਮਲੋਡ ਹੁੰਦੀ ਆ ਫੰਡ ਦੀ ਵੀ ਹੁੰਦੀ ਆ ਫੈਸਿਲਿਟੀ ਦੀ ਵੀ ਆ ਹਰ ਤਰ੍ਹਾਂ ਦੀ ਉਹ ਗੁਰੂ ਘਰ ਇਹਨਾਂ ਨੂੰ ਪ੍ਰੋਵਾਈਡ ਕੀਤੀ ਆ ਪਰ ਇਹਨਾਂ ਨੇ ਵੀ ਬਹੁਤ ਮਿਹਨਤ ਕਰਕੇ ਇਸ ਇਸ ਸਮੇਂ ਤੇ ਸਾਡੇ ਗੁਰੂ ਘਰ ਕੋ 400 ਇਹਨਾਂ ਦਾ ਮਸਕੂਦ ਦਾ ਬੱਚਾ ਆ ਤੇ ਸਾਰੇ ਮਿਸਕਿਊਨਿਟੀ ਹੈਗੀ ਆ ਬਾਹਰ ਦੇ ਬੰਦੇ ਗੋਰੇ ਕਾਲੇ ਮੈਕਸੀਕੇ ਅਫਗਾਨਿਸਤਾਨ ਦੇ ਬੱਚੇ ਹੋਰ ਵੀ ਹੈਗੇ ਸਾਡੇ ਹੈਗੇ ਬੱਚੇ ਸਰ ਬੜੀ ਖੁਸ਼ੀ ਹੁੰਦੀ ਬਹੁਤ ਵਧੀਆ ਜੀ ਬਹੁਤ ਮਿਹਰਬਾਨੀ ਥੈਂਕ ਯੂ ਧੰਨਵਾਦ ਜੀ ਜੀ ਹੁਣ ਸਾਡੇ ਨਾਲ ਖੜੇ ਨੇ ਡਾਕਟਰ ਅਮਰੀਕ ਸਿੰਘ ਜੀ ਸਿਆਣੇ ਕਹਿੰਦੇ ਆ ਜੇ ਇੰਜਣ ਕਿਸੇ ਗੱਡੀ ਦਾ ਵਧੀਆ ਤੇ ਉਹਦੇ ਮਗਰ ਚਾਹੇ 100 200 400 ਡੱਬਾ ਲਾ ਦਿਓ ਤੇ ਉਹ ਗੱਡੀ ਬਹੁਤ ਵਧੀਆ ਚੱਲਦੀ ਹੈ ਸੋ ਅਸੀਂ ਇਸ ਸਕੂਲ ਦੇ ਮੇਨ ਹੈਡ ਦੀ ਗੱਲ ਕਰੀਏ ਮੇਨ ਦਿਮਾਗ ਦੀ ਗੱਲ ਕਰੀਏ ਪ੍ਰਿੰਸੀਪਲ ਨੇ ਇੱਥੇ ਤੇ ਸਭ ਤੋਂ ਇਹਨਾਂ ਦਾ ਯੋਗਦਾਨ ਵੀ ਬਹੁਤ ਵੱਡਾ ਜਿਹੜਾ ਅੱਜ ਤੁਸੀਂ ਫੰਕਸ਼ਨ ਸਾਰਿਆਂ ਨੇ ਦੇਖਿਆ ਐ ਡਾਕਟਰ ਸਾਹਿਬ ਅੱਜ ਦਾ ਦੇਖਿਆ ਸੀ ਤਾਂ ਸਾਰਾ ਵਿਜ਼ਿਟ ਕਰਕੇ ਸਾਡੇ ਘਰਾਂ ਵਿੱਚ ਬੈਠੇ ਆ ਦਰਸ਼ਕਾਂ ਨੇ ਪੂਰੀ ਦੁਨੀਆ ਦੇ ਵਿੱਚ ਕੈਮਰੇ ਦੇ ਨਜ਼ਰ ਨਾਲ ਦੇਖਿਆ ਤੇ ਅੱਜ ਇੱਕ ਬਿਲਕੁਲ ਵੱਖਰਾ ਪ੍ਰੋਗਰਾਮ ਸੀਗਾ ਜੀ ਇਹ ਕਿਵੇਂ ਉਲੀਕਿਆ ਕਿਵੇਂ ਮਨ ਦੇ ਵਿੱਚ ਆਇਆ ਅ ਦੇਖੋ ਜੀ ਇਹ ਅਸੀਂ 2011 ਤੋਂ ਇਹ ਸਕੂਲ ਖੋਲ੍ਹਿਆ ਤੇ ਅ ਅਸੀਂ ਇਹ ਮਲਟੀਕਲਚਰਲ ਨਾਈਟ ਪਹਿਲੇ ਦਿਨ ਤੋਂ ਕਰਦੇ ਆ ਰਹੇ ਹਾਂ ਤੇ ਜਿਉਂ-ਜਿਉਂ ਸਾਡਾ ਤਜਰਬਾ ਵਧਦਾ ਗਿਆ ਤੇ ਅਸੀਂ ਇਸ ਨੂੰ ਇੱਕ ਵੱਡੇ ਪੱਧਰ ਤੇ ਸਾਡੇ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਅ ਵਰਲਡ ਦੇ ਵਿੱਚ ਕਿੰਨੀ ਜਿਹੜਾ ਡਿਫਰੈਂਸ ਹੈ ਤੇ ਉਹ ਡਿਫਰੈਂਸ ਕਿੰਨੀ ਵੱਡੀ ਸਟਰੈਂਥ ਹੈ ਜਿਹੜਾ ਫਰਕ ਰੰਗ ਦਾ ਸਭਿਆਚਾਰ ਦਾ ਤੇ ਬੋਲੀ ਦਾ ਤੇ ਇਹ ਜਿਹੜੇ ਸਾਰੇ ਡਿਫਰੈਂਸਸ ਨੇ ਇਹ ਇੱਕ ਉਹ ਤਾਕਤ ਦਿੰਦੇ ਨੇ ਸਾਨੂੰ ਜਿਹੜੀ ਕਿ ਸਾਨੂੰ ਇਹ ਜਾਂਚ ਆਉਂਦੀ ਹੈ ਕਿ ਅਸੀਂ ਵੱਖ-ਵੱਖ ਰੰਗ ਦੇ ਲੋਕਾਂ ਨੂੰ ਵੱਖ-ਵੱਖ ਧਰਮ ਦੇ ਲੋਕਾਂ ਨੂੰ ਉਹਨਾਂ ਨੂੰ ਕਿਵੇਂ ਇਜਨਲ ਬੁਲਾਉਣਾ ਹੈ ਤੇ ਕਿਵੇਂ ਉਹਨਾਂ ਤੋਂ ਸਿੱਖਣਾ ਹੈ ਜੇ ਅਸੀਂ ਦੂਜਿਆਂ ਤੋਂ ਪਹਿਲਾਂ ਦੂਜਿਆਂ ਨੂੰ ਪਹਿਲਾਂ ਸਮਝਾਂਗੇ ਅੰਡਰਸਟੈਂਡ ਕਰਾਂਗੇ ਉਸ ਤੋਂ ਬਾਦ ਹੀ ਅਸੀਂ ਆਪਣੇ ਆਪ ਨੂੰ ਕਿਸੇ ਨੂੰ ਸਮਝਾ ਸਕਦੇ ਆ ਅਸੀਂ ਕੀ ਆ ਸੋ ਸਾਡਾ ਇਹ ਉਪਰਾਲਾ ਹੈ ਕਿ ਸਾਡੇ ਬੱਚੇ ਇਸ ਵਰਲਡ ਦੇ ਵਿੱਚ ਮਲਟੀਕਲਚਰਲ ਜਿਹੜੀ ਸੋਸਾਇਟੀ ਹੈ ਉਹਦੇ ਵਿੱਚ ਟਾਪ ਨੌਚ ਜਿਹੜੇ ਹੈ ਉਹ ਬਰਨ ਇੰਡੀਵਿਜੂਅਲ ਬਰਨ ਤੇ ਜਿੱਥੇ ਵੀ ਜਾਣ ਉਹ ਵੈਲਿਊਜ਼ ਲੈ ਕੇ ਜਾਣ ਤੇ ਆਪਣਾ ਹਾਨਰ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਪੇਸ਼ ਕਰ ਸਕਣ ਜਿੱਥੇ ਸਾਰੇ ਬੱਚੇ ਜਿਹੜੇ ਸੀ ਕਿਸੇ ਵੀ ਕੰਟਰੀ ਦੇ ਆਖਣੇ ਇੱਕ ਕਲਚਰ ਨਾਲ ਜੁੜੇ ਹੋਏ ਨੇ ਅਸੀਂ ਅਕਸਰ ਦੇਖਦੇ ਪਿੰਡਾਂ ਦੇ ਵਿੱਚ ਅਗਰ ਵਿਆਹ ਵੀ ਕਿਸੇ ਦੂਜੀ ਸਟੇਟ ਦੇ ਵਿੱਚ ਹੋ ਜਾਏ ਤਾਂ ਕਲਚਰ ਆਪਸ ਵਿੱਚ ਮੈਚ ਨਹੀਂ ਕਰਦਾ ਬੜਾ ਔਖਾ ਹੁੰਦਾ ਐਡਜਸਟ ਕਰਨਾ ਇੱਥੇ ਤਾਂ ਇੰਨੀ ਜਿਆਦਾ ਕਲਚਰ ਨੇ ਆਪਣੇ ਕੱਲੇ ਪੰਜਾਬੀ ਦੇ ਵਿੱਚ ਹੀ ਕਰੀਏ ਤਾਂ ਬਹੁਤ ਸਾਰੇ ਕਲਚਰ ਨੇ ਅਲੱਗ-ਅਲੱਗ 20 ਕਿਲੋਮੀਟਰ ਬਾਅਦ ਕਲਚਰ ਬਦਲ ਜਾਂਦਾ ਇੰਨੇ ਸਾਰੇ ਮੁਲਕਾਂ ਦੇ ਕਲਚਰ ਨੂੰ ਇਕੱਠਾ ਰੱਖਣਾ ਤੇ ਇੱਕ ਪੰਜਾਬੀ ਦੇ ਨਾਲ ਜੋੜਨਾ ਇੱਕ ਬਹੁਤ ਵੱਡਾ ਚੈਲੰਜ ਹੈ ਤੁਸੀਂ 12 ਸਾਲ ਦੇ ਵਿੱਚ ਪ੍ਰੂਵ ਕਰ ਦਿੱਤਾ ਕਿ ਇਹ ਕੋਈ ਔਖਾ ਕੰਮ ਨਹੀਂ ਹੁਣ 12 ਸਾਲ ਪੂਰੇ ਹੋਏ ਨੇ ਪਹਿਲਾਂ ਤਾਂ ਉਹਦੀ ਬਹੁਤ-ਬਹੁਤ ਵਧਾਈ ਦਿੰਨੇ ਆ ਜੀ 13ਵੀਂ ਵਰੇਗੰਡ ਹੈਗੀ ਆ ਤੇ ਫਿਰ ਕੀ ਤਜਰਬਾ ਰਿਹਾ ਜੀ 12 ਸਾਲਾਂ ਦਾ ਦੇਖੋ 12 ਸਾਲਾਂ ਚ ਐ ਸਾਲ ਸਾਡੇ ਸਭ ਤੋਂ ਵੱਧ ਜਿਹੜੀ ਸਟਰੈਂਥ ਹੈ ਅਸੀਂ 300 300 ਦਾ ਅੰਕੜਾ ਪਾਰ ਕੀਤਾ ਜਿਹੜਾ ਕਿ 60 ਤੋਂ ਸ਼ੁਰੂ ਹੋਇਆ ਸੀਗਾ ਤੇ ਦੂਜੀ ਗੱਲ ਸਾਡੇ ਦੂਜੇ ਜਿਹੜੇ ਕਮਿਊਨਿਟੀਆਂ ਨੇ ਸਮਾਜ ਦੇ ਲੋਕਾਂ ਦੀ ਜਿਹੜੀ ਆ ਰਿਪਰੈਜੈਂਟੇਸ਼ਨ ਆ ਉਹ ਬਧੀਆ ਤੇ ਉਹਨਾਂ ਦਾ ਪੰਜਾਬੀ ਪ੍ਰਤੀ ਪੰਜਾਬੀ ਕਲਚਰ ਪ੍ਰਤੀ ਪਿਆਰ ਵਧੀਆ ਹੈ ਪਰ ਉਸ ਦੇ ਨਾਲ ਪੰਜਾਬੀਆਂ ਦਾ ਉਹਨਾਂ ਦੇ ਕਲਚਰ ਪ੍ਰਤੀ ਬਹੁਤ ਜ਼ਿਆਦਾ ਪਿਆਰ ਵਧਿਆ ਹੈ ਸੋ ਜਿਸ ਦਾ ਇਹ ਸਾਡਾ ਇਹੀ ਮੰਤਵ ਹੈ ਇਸ ਗੱਲ ਦਾ ਸੋ ਜਿਸ ਦੇ ਵਿੱਚ ਅਸੀਂ ਲੱਗਦਾ ਕਿ ਸਾਨੂੰ ਕੁਝ ਸਫਲਤਾ ਮਿਲ ਰਹੀ ਹੈ ਤੇ ਇੱਕ ਡਾਕਟਰ ਸਾਹਿਬ ਮੈਂ ਇਸੀ ਬੱਚਿਆਂ ਦੇ ਪੇਰੈਂਟਸ ਨਾਲ ਗੱਲ ਕੀਤੀ ਪੰਜਾਬੀਆਂ ਦੇ ਨਾਲ ਕੀਤੀ ਕੀਤੀ ਆ ਹੋਰ ਮੁਲਕ ਦੇ ਸਪੈਨਸ ਸੀਗੇ afghanistan ਦੇ ਸੀਗੇ ਅਲੱਗ-ਅਲੱਗ ਮੁਲਕਾਂ ਦੇ ਪੇਰੈਂਟਸ ਨਾਲ ਗੱਲ ਕੀਤੀ ਉਹ ਬਹੁਤ ਖੁਸ਼ ਨੇ ਕਿ ਸਾਡੇ ਬੱਚੇ ਪੰਜਾਬੀ ਸਿੱਖ ਰਹੇ ਨੇ ਇਸ ਗੱਲ ਨੂੰ ਬਹੁਤ ਖੁਸ਼ ਨੇ ਕਿ ਉਹਨਾਂ ਨੇ ਸ਼ੁਰੂ ਤੋਂ ਹੀ ਬੱਚੇ ਇੱਥੇ ਪਾਏ ਹੋਣੇ ਇਹਦਾ ਦੱਸੋ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਬਾਹਰ ਦੂਸਰੀ ਕੰਟਰੀ ਦੇ ਦੂਸਰੇ ਧਰਮਾਂ ਦੇ ਦੂਸਰੇ ਸਟੇਟਸ ਦੇ ਲੋਕ ਪੰਜਾਬੀ ਸਿੱਖ ਰਹੇ ਨੇ ਤੇ ਸਾਡੇ ਜਿਹੜੇ ਪੰਜਾਬੀ ਅਸੀਂ ਹੈਗੇ ਆਂ ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀ ਤਾਂ ਉਹ ਪੰਜਾਬੀ ਤੋਂ ਦੂਰ ਹੁੰਨੇ ਜਾ ਰਹੇਗਾ ਉਹ ਕੀ ਕਹਿਣਾ ਚਾਹੁੰ ਅ ਦੇਖੋ ਉਹਦੇ ਵਿੱਚ ਸਾਡੀ ਜਿਵੇਂ ਕਹਿੰਦੇ ਗਿਆਨ ਦੀ ਕਮੀ ਹੈ ਜੋ ਪੰਜਾਬੀ ਜਿਹੜੀ ਹੈ ਇੱਕ ਸਾਊਥ ਏਸ਼ੀਆ ਦੇ ਵਿੱਚ ਇਹ ਜੋੜਦੀ ਹੈ ਇਹ ਸਮਾਜ ਦੇ ਵਿੱਚ ਪਿਆਰ ਸ਼ਾਂਤੀ ਦਾ ਸਨੇਹਾ ਲੈ ਕੇ ਜਾਂਦੀ ਹੈ ਸੋ ਇਹ ਪੰਜਾਬੀ ਦੇ ਨਾਲ ਜਿੰਨਾ ਗਿਆਨ ਜੁੜਿਆ ਹੋਇਆ ਹੈ ਉਹ ਗਿਆਨ ਅੱਗੇ ਪ੍ਰਸਾਰ ਨਹੀਂ ਹੋ ਰਿਹਾ ਇਸ ਕਰਕੇ ਪੰਜਾਬੀ ਪਛੜ ਰਹੀ ਹੈ ਸੋ ਪੰਜਾਬੀ ਸਿਰਫ ਊੜਾ ਐੜਾ ਜਾਂ ਇਹ ਬੋਲਣਾ ਇੰਨਾ ਸਿੱਖਣ ਨਾਲ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਜਿਹੜਾ ਸੱਭਿਆਚਾਰ ਹੈ ਸਾਹਿਤ ਹੈ ਇਹਦਾ ਇੰਨਾ ਅਮੀਰ ਹੈ ਜੇ ਸਾਨੂੰ ਉਸ ਇਹਦੀ ਅਮੀਰਪਣੇ ਦਾ ਅਹਿਸਾਸ ਹੋ ਜਾਵੇ ਤੇ ਮੇਰਾ ਖਿਆਲ ਹੈ ਕਿ ਹਣ ਜਿਵੇਂ ਵੀ ਅਫਗਾਨਿਸਤਾਨ ਤੋਂ ਨੇ ਪਾਕਿਸਤਾਨ ਤੋਂ ਨੇ ਮੈਕਸੀਕੋ ਤੋਂ ਇੱਥੇ ਸਾਡੇ ਕੋਲ ਨੇ ਜਿਨ ਨੇ ਆਫਰੀਕਨ ਨੇ ਜਿਨ ਨੇ ਵਾਈਟ ਲੋਗ ਨੇ ਉਹ ਮਤਲਬ ਕਿ ਪੰਜਾਬੀ ਇੰਨੇ ਪਿਆਰ ਨਾਲ ਪੜਦੇ ਆ ਤੇ ਉਹ ਸਿੱਖ ਕੇ ਉਹਨਾਂ ਦੇ ਪੇਰੈਂਟਸ ਇਹ ਮੰਨ ਕੇ ਆਉਂਦੇ ਨੇ ਕਿ ਅਸੀਂ ਇਹ ਬੱਚੇ ਨੂੰ ਪੰਜਾਬੀ ਪੜਨ ਲਈ ਅਸੀਂ ਇੱਥੇ ਸਕੂਲ ਚ ਪਾਉਣਾ ਹੈ ਕਿਉਂਕਿ ਇੱਥੇ ਜਿਹੜਾ ਵੀ ਬੱਚਾ ਹੈ ਉਹ ਪੰਜਾਬੀ ਇਹ ਕੰਪਲਸਰੀ ਹੈ ਇਹ অপਸ਼ਨ ਨਹੀਂ ਹੈ ਇੱਕ ਇਹ ਸਬਜੈਕਟ ਹੈ ਇਹ ਸਬਜੈਕਟ ਹੈ ਜਿਵੇਂ ਕਿ ਸਾਇੰਸ ਸਬਜੈਕਟ ਹੈ ਇਸੇ ਤਰ੍ਹਾਂ ਸਬਜੈਕਟ ਹੈ ਇਹ ਪਹਿਲਾ ਅਮਰੀਕਾ ਦਾ ਸਕੂਲ ਹੈ ਜਿਸ ਦੇ ਵਿੱਚ ਪੰਜਾਬੀ ਇੱਕ ਸਬਜੈਕਟ ਦੇ ਤੌਰ ਤੇ ਕਰਿਕਲਮ ਦੇ ਤੌਰ ਤੇ ਪੜ੍ਹਾਈ ਜਾਂਦੀ ਹੈ ਬਾਏ ਕੰਡੈਨਸ਼ਨਲ ਟੀਚਰ ਸੋ ਪੰਜਾਬੀ ਚ ਐਕਚੁਅਲੀ ਟੀਚਰ ਲੱਭਣਾ ਬਹੁਤ ਮੁਸ਼ਕਲ ਹੈ ਉਹਨੂੰ ਤਿਆਰ ਕਰਨਾ ਬੜਾ ਮੁਸ਼ਕਲ ਹੈ ਸੋ ਅਸੀਂ ਬੜੇ ਖੁਸ਼ਕਿਸਮਤ ਹੈ ਕਿ ਸਾਡੇ ਕੋਲ ਤਿੰਨ ਕੰਡੈਨਸ਼ਨਲ ਟੀਚਰ ਨੇ ਉਹਨਾਂ ਚੋਂ ਚੌਥਾ ਮੈਂ ਹਾਂ ਕੰਟੈਂਸ਼ਲ ਵੀ ਆ ਇੰਗਲਿਸ਼ ਵਿੱਚ ਵੀ ਆ ਪੰਜਾਬੀ ਵਿੱਚ ਵੀ ਆ ਸੋ ਇਹ ਅਸੀਂ ਹੋਰ ਵੀ ਆਪਣੀ ਕਮਿਊਨਿਟੀ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਅਮਰੀਕਾ ਦੇ ਵਿੱਚ ਜੇ ਤੁਸੀਂ ਆਪਣੀ ਬੋਲੀ ਸੱਭਿਆਚਾਰ ਦੀ ਸੇਵਾ ਕਰਨੀ ਹੈ ਤੇ ਨਾਲ ਦੂਜਿਆਂ ਤੋਂ ਸਿੱਖਣਾ ਹੈ ਤਾਂ ਪੰਜਾਬੀ ਦੇ ਵਿੱਚ ਕੰਟੈਂਸ਼ਲ ਲਾ ਤੇ ਹਰ ਸ਼ਹਿਰ ਦੇ ਵਿੱਚ ਪੰਜਾਬੀਆਂ ਦੀ ਬਹੁਤ ਜਿਆਦਾ ਰੈਪਰੈਜ਼ੈਂਟੇਸ਼ਨ ਹੈ ਉਹ ਸਕੂਲਾਂ ਦੇ ਵਿੱਚ ਜੇ ਕੰਡੈਨਸ਼ਨਲ ਟੀਚਰਸ ਅਵੇਲੇਬਲ ਨੇ ਉਹ ਸਾਰੇ ਕੈਲੀਫੋਰਨੀਆ ਦੇ ਵਿੱਚ ਪੜ੍ਹਾ ਸਕਦੇ ਨੇ ਤੇ ਜਿਹੜੇ ਕਿ ਉਹ ਜੌਬ ਪਹਿਲੀ ਸ਼ੁਰੂ ਕਰਨ ਵੇਲੇ ਹੀ ਉਹ 60 ਤੋਂ 70000 ਉਹਨਾਂ ਦੀ ਸੈਲਰੀ ਸ਼ੁਰੂ ਹੋ ਸਕਦੀ ਹੈ ਸੋ ਇਹ ਚੀਜ਼ ਸ਼ਾਇਦ ਬਹੁਤੇ ਪੰਜਾਬੀਆਂ ਨੂੰ ਨਹੀਂ ਪਤਾ ਸੋ ਪੰਜਾਬੀ ਚ ਕਾਡੈਂਸ਼ਲ ਲੈ ਕੇ ਸਾਰੇ ਸਕੂਲਾਂ ਚ ਲਾਈਕ ਸਟਾਕਟਨ ਹੈ ਐਲ ਗਰੋਵ ਹੈ ਤੇ ਹਰ ਸਕੂਲ ਦੇ ਵਿੱਚ ਜੇ ਟੀਚਰ ਹੈ ਡਿਸਟ੍ਰਿਕਟ ਇਹਦਾ ਸਾਡੇ ਕੋਲ ਟੀਚਰ ਨਹੀਂ ਤੇ ਅਸੀਂ ਪੜਾ ਨਹੀਂ ਸਕਦੇ ਪਰ ਜੇ ਟੀਚਰਸ ਹੈਗੇ ਨੇ ਹਰ ਥਾਂ ਇਹ ਜੋ ਅਸੀਂ ਮਾਡਲ ਇੱਥੇ ਤਿਆਰ ਕੀਤਾ ਹੈ ਇਹ ਮਾਡਲ ਹਰ ਸਕੂਲ ਚ ਕੈਲੀਫੋਰਨੀਆ ਦੇ ਲਾਗੂ ਹੋ ਸਕਦਾ ਹੈ ਜੀ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਬਹੁਤ ਵਧੀਆ ਔਰ ਬਹੁਤ ਬਹੁਤ ਵਧਾਈ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਵੱਲੋਂ ਕਿ ਤੁਸੀਂ ਬਹੁਤ ਵਧੀਆ ਇੱਕ ਸੇਵਾ ਦਾ ਵੀ ਕੰਮ ਕਰ ਰਹੇ ਹੋ ਔਰ ਪੰਜਾਬੀ ਨੂੰ ਵੀ ਪੂਰੀ ਦੁਨੀਆ ਦੇ ਵਿੱਚ ਪ੍ਰਮੋਟ ਕਰਨ ਲਈ ਬਹੁਤ ਵੱਡਾ ਹਮਲਾ ਮਾਰ ਰਹੇ ਹੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜਸ ਟੀਵੀ ਦਾ ਬਹੁਤ ਧੰਨਵਾਦ ਕਿ ਤੁਸੀਂ ਆ ਕੇ ਸਾਡੇ ਸਕੂਲ ਨੂੰ ਜਿਹੜਾ ਦੁਨੀਆ 'ਚ ਪ੍ਰਸਾਰ ਕਰ ਰਹੇ ਹੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਵਿਚਾਰ ਦਿੱਤੇ ਜੀ ਬਹੁਤ ਬਹੁਤ ਵਧਾਈ ਦੇ ਪਾਤਰ ਸਾਰੇ ਤੁਸੀਂ ਜਿੰਨੀ ਵੀ ਮੈਨੇਜਮੈਂਟ ਹੈਗੀ ਆ ਤੇ ਅੱਛਾ ਇੱਕ ਡਾਕਟਰ ਸਾਹਿਬ ਤੇ ਸੰਦੀਪ ਸਾਹਿਬ ਇੱਕ ਲੋਕਾਂ ਦਾ ਸਵਾਲ ਸੀ ਇੱਕ ਤਾਂ ਚਲੋ ਤੁਸੀਂ ਉਪਰਾਲਾ ਕਰ ਰਹੇ ਹੋ ਕਿ ਸਕੂਲ ਹਾਈ ਸਕੂਲ ਤੱਕ ਹੋ ਰਿਹਾ ਹਾਈ ਸਕੂਲ ਤੱਕ ਕੋਸ਼ਿਸ਼ ਕਰ ਰਹੇ ਹਾਂ ਪ੍ਰਮਾਤਮਾ ਕਰੇ ਜਲਦੀ ਹੋ ਜਾਏਗਾ ਇੱਕ ਸਾਨੂੰ ਬਾਹਰਲੇ ਹੋਰਾਂ ਮੁਲਕਾਂ 'ਚੋਂ ਹੋਰ ਸਟੇਟਸ ਦੇ ਵਿੱਚੋਂ ਬੜੇ ਫੋਨ ਆਉਂਦੇ ਨੇ ਜੀ ਵੀ ਅਗਰ ਅਸੀਂ ਬੱਚਾ ਉੱਥੇ ਦਾਖਲ ਕਰਾਉਣਾ ਹੋਵੇ ਤੇ ਕੀ ਉੱਥੇ ਬੱਚਿਆਂ ਦਾ ਕੋਈ ਹੌਸਟਲ ਵਗੈਰਾ ਜਾਂ ਇਸ ਤਰ੍ਹਾਂ ਦੀ ਚੀਜ਼ ਹੈ ਫਿਲਹਾਲ ਹਲੇ ਇਸ ਟਾਈਮ ਨਹੀਂ ਹੈ ਜੀ ਤੇ ਜੇ ਚਾਇਆ ਪਰਮਾਤਮਾ ਨੇ ਲੋਕ ਅ ਮਾਤਰੇ ਸਾਰੀ ਕਮਿਊਨਿਟੀ ਦਾ ਸਾਥ ਰਿਹਾ ਤਾਂ ਫਿਊਚਰ ਦੇ ਵਿੱਚ ਸ਼ਾਇਦ ਹੋ ਸਕੂਗਾ ਸ਼ਾਇਦ ਹੋ ਜਾਊਗਾ ਤੇ ਇਸ ਵੇਲੇ ਨਹੀਂ ਹੈ ਹਾਂ ਜੀ ਡਾਕਟਰ ਸਾਹਿਬ ਇਹ ਜ਼ਰੂਰੀ ਹੈ ਵੈਸੇ ਇਹਦੇ ਨਾਲ ਹੋਰ ਬਹੁਤ ਜ਼ਿਆਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇੱਛਾ ਹੁੰਦੀ ਹੈ ਇਹ ਗੱਲ ਕਰੀਏ ਦੂਰ ਹੈ ਆ ਦਿੱਲੀ ਆ ਜਾ ਨਹੀਂ ਸਕਦੇ ਤੇ ਅਗਰ ਉਸ ਤਰ੍ਹਾਂ ਦਾ ਕੁਝ ਹੋ ਜਾਏ ਪ੍ਰਬੰਧ ਬੱਚਿਆਂ ਦੇ ਰਹਿਣ ਦਾ ਵੀ ਤੇ ਉਹਦੇ ਨਾਲ ਫਰਕ ਪੈਗਾ ਹਾਂਜੀ ਬਹੁਤ ਫਰਕ ਪੈਗਾ ਤੇ ਸਾਨੂੰ ਇੱਕ ਹੋਰ ਵੱਡਾ ਵੱਡੀ ਫੈਸਿਲਿਟੀ ਜਿਹੜੀ ਹੈ ਬਿਲਡਿੰਗ ਹੌਸਟਲ ਤੇ ਕੁਝ ਹੋਰ ਉਹ ਜਿਹੜੇ ਕਮਿਊਨਿਟੀ ਕੋਲ ਜਿਹੜੇ ਰਿਸੋਰਸਸ ਵਾਲੇ ਸਾਡੇ ਕੋਲ ਨਹੀਂ ਹੈ ਜੇ ਕਮਿਊਨਿਟੀ ਅੱਗੇ ਆ ਕੇ ਇਹ ਚੀਜ਼ ਚ ਆਪਣੀ ਸ਼ਿਰਕਤ ਕਰਨਾ ਚਾਹੁੰਦੀ ਹੈ ਤੇ ਆਈ ਥਿੰਕ ਸਭ ਕੁਝ ਸੰਭਵ ਹੈ ਕਿਉਂ ਨਹੀਂ ਜੀ ਬਿਲਕੁਲ ਤੇ ਚਲੋ ਜੀ ਅੱਜ ਮੈਂ ਸੈਕਰਮੈਂਟੋ ਵੈਲੀ ਚਾਰਟਰ ਸਕੂਲ ਚ ਆ ਕੇ ਮੈਂ ਤਾਂ ਬਿਨਾ ਵੀਜ਼ੇ ਤੋਂ ਬਿਨਾ ਪਾਸਪੋਰਟ ਤੋਂ ਬਹੁਤ ਸਾਰੇ ਮੁਲਕ ਘੁੰਮ ਰਹੇ ਨੇ ਔਰ ਇੱਕ ਬੜਾ ਵਧੀਆ ਉਪਰਾਲਾ ਸੀ ਜੀ ਬੱਚਿਆਂ ਦੀ ਮਿਹਨਤ ਦੇਖ ਕੇ ਕਮਾਲ ਹੈ ਸਲੂਟ ਹੈ ਜੀ ਬੱਚਿਆਂ ਨੂੰ ਇੰਨੀ ਮਿਹਨਤ ਬੱਚਿਆਂ ਨੇ ਟੀਚਰਾਂ ਨੇ ਕੀਤੀ ਆ ਸੋ ਤੁਸੀਂ ਇੱਕ ਵਾਰ ਥਾਂ ਦੀ ਸਭ ਸਭ ਦਾ ਧੰਨਵਾਦ ਕਰ ਦਿਓ ਘਰਾਂ ਵਿੱਚ ਬੈਠੇ ਜਿਹੜੇ ਦਰਸ਼ਕ ਆ ਪ੍ਰੋਗਰਾਮ ਇਹ ਦੇਖ ਰਹੇ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਇਹ ਪਹੁੰਚਣਾ ਤੇ ਉਹਨਾਂ ਦਾ ਵੀ ਧੰਨਵਾਦ ਕਰ ਦਿਓ ਤੇ ਇੱਥੇ ਅੱਜ ਜਿੰਨੇ ਪੇਰੈਂਟਸ ਸਾਇਸ ਜੀ ਸਾਰਿਆਂ ਨੂੰ ਇੱਕ ਵਾਰੀ ਸੁਨੇਹਾ ਦੇ ਦਿਓ ਅ ਧੰਨਵਾਦ ਦੇ ਪਾਤ੍ਰਾ ਜੀ ਜਿੰਨੇ ਵੀ ਪੇਰੈਂਟਸ ਜਿਨ੍ਹਾਂ ਨੇ ਸਾਡੇ ਵਿੱਚ ਯਕੀਨ ਰੱਖਿਆ ਆਪਣੇ ਬੱਚੇ ਇੱਥੇ ਭੇਜੇ ਆ ਤੇ ਉਹਨਾਂ ਨਾਲ ਵਾਦਾ ਇਸ ਚੀਜ਼ ਦਾ ਕਿ ਪਹਿਲਾਂ ਵੀ ਮੈਂ ਦੱਸਿਆ ਐਜੂਕੇਸ਼ਨ ਨਾਲ ਕੋਈ ਸਮਝੌਤਾ ਨਹੀਂ ਹਾ ਤੇ ਟੌਪ ਨਾਚ ਐਜੂਕੇਸ਼ਨ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਤੇ ਧੰਨਵਾਦ ਹੈ ਸਾਡੇ ਡਾਕਟਰ ਸਾਹਿਬ ਤੇ ਸਟਾਫ ਦਾ ਐਸਪੀਸੀਐਸ ਦਾ ਤੇ ਧੰਨਵਾਦ ਹੈ ਜਿਹੜੇ ਮੇਰੇ ਕਲੀਗ ਮੇਰੇ ਡਾਇਰੈਕਟਰਸ ਆ ਅ ਕੁਛ ਕਾਰਨਾ ਕਰਕੇ ਨਹੀਂ ਆਏ ਤੇ ਕੋਈ ਬੀਜ਼ੀ ਹੋ ਜਾਂਦਾ ਕੋਈ ਸਿੱਧਾ ਇਸ਼ੂ ਇਸ ਕਰਕੇ ਆਇਆ ਪਰ ਧੰਨਵਾਦ ਉਹਨਾਂ ਸਾਰਿਆਂ ਦਾ ਤੇ ਧੰਨਵਾਦ ਆਕਾਲ ਪੁਰਖ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਧੰਨਵਾਦ ਵੀ ਕਮਿਊਨਿਟੀ ਦਾ ਜਿਨ੍ਹਾਂ ਨੇ ਸਾਡੇ ਵਿੱਚ ਯਕੀਨ ਰੱਖਿਆ ਤੇ ਸਾਨੂੰ ਮਤਲਬ ਇਸ ਸੇਵਾ ਲਈਆ ਤੇ ਅਸੀਂ ਉਸ ਸੇਵਾ ਨੂੰ ਤੋਂ ਮਦਰਸੇਰੇ ਚੜਾਣ ਦੀ ਆਪਣੀ ਪੂਰੀ ਕੋਸ਼ਿਸ਼ ਕੀਤੀ ਤੇ ਕਰ ਦੇ ਦਾਂਗੇ ਜੀ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦੇ ਆ ਤੁਸੀਂ ਦੇਖ ਰਹੇ ਸੀਗੇ ਸੈਕਰਮੈਂਟੋ ਵੈਲੀ ਚਾਰਟਰ ਸਕੂਲ ਜਿਹੜਾ ਹੈਗਾ ਉੱਥੋਂ ਦਾ ਪ੍ਰੋਗਰਾਮ ਅਸੀਂ ਅੱਜ ਤੁਹਾਨੂੰ ਦਿਖਾਇਆ ਪੂਰੀ ਦੁਨੀਆ ਦੇ ਵਿੱਚ ਫਿਰ ਪਸੰਦ ਕੀਤਾ ਜਾਂਦਾ ਸਾਨੂੰ ਕਿਸੇ ਵੀ ਗੱਲਬਾਤ ਲਈ ਜਾਂ ਸਕੂਲ ਦੀ ਮੈਨੇਜਮੈਂਟ ਨਾਲ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਫੇਸਬੁੱਕ ਟਵਿੱਟਰ ਹੈ WhatsApp ਨੰਬਰ ਹੈ ਮੇਰਾ ਸੈੱਲ ਨੰਬਰ ਤਕਰੀਬਨ ਸਾਰਾ ਕੋੜਾ ਹੈਗਾ ਜਿੰਨੇ ਵਿੱਚ ਜਸ ਦੇ ਸ੍ਰੋਤੇ ਦਰਸ਼ਕ ਨੇ 20945033 ਵਰ ਕਿਤੇ ਵੀ ਸੰਪਰਕ ਕਰ ਸਕਦੇ ਹੋ ਅੱਜ ਦਾ ਪ੍ਰੋਗਰਾਮ ਦਿਲਬਾਹ ਪੰਗੜ ਦੇ ਨਾਲ ਮੈਂ ਜਗਤਾਰ ਜਗੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ